90 ਸਾਲ ਦੀ ਉਮਰ ਹੈ ਉਸ ਉਮਰ ਵਿੱਚ ਜਿੱਥੇ ਤੁਰਨਾ ਓਖਾ ਹੁੰਦਾ ਹੈ ਸ੍ਰੀ ਸਾਹਿਬ ਪਕੜ ਕੇ ਜੰਗ ਦੇ ਮੈਦਾਨ 'ਚ ਜੂਝੇ ਨੇ ਇਹ ਉਹਨਾਂ ਦੀ ਤਪੱਸਿਆ ਦੀ ਕਾਲਣਾ ਦੀ ਕਿਉਂਕਿ ਐਸੇ ਜਿਹੜੇ ਮਹਾਂਪੁਰਖ ਸ਼ਹੀਦ ਹੁੰਦੇ ਉਹ ਸਰੀਰਾਂ ਦੇ ਮਥਾਜ ਨਹੀਂ ਹੁੰਦੇ ਉਹਨਾਂ ਦੀ ਖੇਡ ਸਰੀਰਾਂ ਤੋਂ ਪਰੇ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਸਰੀਰਾਂ ਦੇ ਆਸ਼ਿਰਤ ਹੋ ਕੇ ਜਿਵੇਂ ਸਰੀਰ ਚੱਲਣ ਓਦਾਂ ਚੱਲਣਾ ਪੈਂਦਾ ਹੈ ਪਰ ਉਹ ਮਹਾਪੁਰਖਾਂ ਦਾ ਸ਼ਹੀਦਾਂ ਦਾ ਜਿਹੜਾ ਡੇਰਾ ਹੈ ਉਹ ਸਰੀਰਾਂ ਤੋਂ ਪਰੇ ਦਾ ਹੈ ਉਹ ਸਰੀਰ ਨੂੰ ਆਪਣੇ ਨਿਯੰਤਰਣ 'ਚ ਚਲਾਉਂਦੇ ਸਰੀਰ ਦੇ ਅਧੀਨ ਹੋ ਕੇ ਨਹੀਂ ਚੱਲਦੇ ਸਰੀਰ ਨੂੰ ਆਪਣੇ ਅਧੀਨ ਕਰਕੇ ਰੱਖਦੇ ਆ ਨਹੀਂ ਤਾਂ ਅੱਜ ਕਿਤੇ 90 ਸਾਲ ਦੀ ਉਮਰ ਦੇ ਬਜ਼ੁਰਗ ਨੂੰ ਤਲਵਾਰ ਫੜਾਓ ਕਿਤੇ ਉਹ ਤੁਰਦਾ ਉਹ ਇਹੋ ਜਿਹੜੇ ਮਹਾਂਪੁਰਖ ਨੇ ਉਹ ਨਿਰੰਕਾਰ ਦੇ ਘਰੋਂ ਬਰੋਸਾਏ ਹੋਏ ਮਹਾਂਪੁਰਖ ਨੇ ਕਲਗੀਧਰ ਦੇ ਕਮਰ ਕੱਸੇ ਦੇ ਸਿੰਘ ਨੇ ਇਹੋ ਜਿਹੜੇ ਮਹਾਂਪੁਰਖ ਨੇ ਇਹ ਕਲਗੀਧਰ ਜੀ ਦੇ ਕਮਰ ਕੱਸੇ ਦੇ ਸਿੰਘ ਨੇ ਸੱਚਖੰਡ ਚ ਇਹੋ ਹੀ ਮਹਾਂਪੁਰਖ ਸ਼ਹੀਦ ਨੇ ਜਿਹੜੇ ਮੁੜ ਮੁੜ ਕੇ ਆਉਂਦੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਨ੍ਹਾਂ ਬਾਅਦ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਨ ਲਿਖਿਆ ਸਰਬਲੋਗ ਗ੍ਰੰਥ ਚ ਮਹਾਰਾਜ ਦਸਵੇਂ ਪਾਤਸ਼ਾਹ ਦੇ ਬਚਨ ਨੇ 40 ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ ਕਹਿੰਦੇ ਮੈਂ ਖਾਲਸੇ ਪੰਥ ਦਾ ਬੀਜ 40 ਜਿਹੜੇ ਮੁਕਤੇ ਆ ਉਹ ਸੱਚਖੰਡ ਚ ਰੱਖ ਲੇ ਬੀਜ ਆ ਖਾਲਸੇ ਪੰਥ ਦਾ ਫਸਲ ਤਬਾਹ ਹੋ ਜਾਏ ਜੇ ਬੀਜ ਸੰਭਿਆ ਹੋਵੇ ਦੁਬਾਰਾ ਬੀਜ ਕੇ ਫਸਲ ਉਗਾ ਸਕਦੇ ਆ ਜੇ ਬੀਜ ਹੀ ਨਾ ਰਹੇਗਾ ਤੇ ਫਸਲ ਨਹੀਂ ਉਗਦੀ ਕਹਿੰਦੇ ਜਿਹੜੇ ਸਾਡੇ 40 ਸਿੰਘ ਨੇ ਨਾ ਮੁਖਸਰ ਸਾਹਿਬ ਦੀ ਧਰਤੀ ਤੇ ਜਿੱਨਾ ਸ਼ਹੀਦੀਆਂ ਪ੍ਰਾਪਤ ਕੀਤੀਆਂ ਇਹ 40 ਸਾਡੇ ਬੀਜ ਨੇ ਖਾਲਸੇ ਪੰਥ ਦਾ ਜਿਹੜਾ ਅਸੀਂ ਆਪਣੇ ਸੱਚਖੰਡ 'ਚ ਸੰਭ ਕੇ ਰੱਖਿਆ ਜਦੋਂ ਕਿਤੇ ਪੰਥ ਦੀ ਟੈਂਦੀ ਕਲਾ ਹੁੰਦੀ ਉਹਨਾਂ 40ਆਂ 'ਚ ਇੱਕ ਭੇਜ ਦੇਣਾ ਉਹ ਪੰਥ ਦੀ ਚੜ੍ਹਦੀ ਕਲਾ ਕਰਕੇ ਮੁੜ ਕੇ ਫਿਰ 40ਆਂ 'ਚ ਆ ਜਾਂਦਾ ਉਹ ਬੀਜ ਘਟਦਾ ਨਹੀਂ ਹੈ ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਮਹਾਂਪੁਰਖ ਉਹ ਚਾਲੀਆਂ ਵਿੱਚੋਂ ਹੀ ਕਹਿ ਸਕਦੇ ਹਾਂ ਬੀਜ ਖਾਲਸੇ ਦਾ ਜਿਹੜਾ ਕਲਗੀਧਰ ਜੀ ਨੇ ਰੱਖਿਆ ਬਾਬਾ ਦੀਪ ਸਿੰਘ ਜੈਸੇ ਮਹਾਂਪੁਰਖ ਸ਼ਹੀਦ ਭਾਈ ਮਨੀ ਸਿੰਘ ਜੈਸੇ ਮਹਾਂਪੁਰਖ ਇਹ ਅਕਾਲੀ ਬਾਬਾ ਫੂਲਾ ਸਿੰਘ ਜੀ ਜੈਸੇ ਮਹਾਂਪੁਰਖ ਇਹ ਸ਼ਹੀਦ ਨੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸ਼ਹਾਦਤ ਦਾ ਜਾਮ ਪ੍ਰਾਪਤ ਕਰੇ ਤੋ ਐਸੇ ਮਹਾਂਪੁਰਖਾਂ ਦੇ ਸ਼ਹੀਦੀ ਸਥਾਨ ਤੇ ਆਪਾਂ ਜੁੜ ਬੈਠੇ ਆਂ ਜੋੜ ਮੇਲੇ ਮਨਾ ਰਹੇ ਆਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਪੁਰਬ ਮਨਾ ਰਹੇ। ਤਿੰਨ ਦਿਨਾਂ ਦਾ ਸਮਾਗਮ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਇਸ ਸਥਾਨ ਤੇ ਸੇਵਾਵਾਂ ਨਿਭਾਉਣ ਵਾਲੇ ਮਹਾਂਪੁਰਖਾਂ ਵੱਲੋਂ ਰੱਖੇ। ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਪੁਰਬ ਆ ਰਿਹਾ 27 ਤਰੀਕ ਨੂੰ। ਕਈਆਂ ਨੂੰ ਮਨ 'ਚ ਸ਼ੰਕਾ ਹੈ ਵੀ ਕੱਤਕ ਦਾ ਮਹੀਨਾ ਤਾਂ ਲੰਘ ਗਿਆ ਤੇ ਮੱਘਰ ਦੇ ਮਹੀਨੇ 'ਚ ਪੁਰਬ ਆ ਰਿਹਾ ਹੁਣ ਆ ਬੜਾ ਮੇਰੇ ਕਾਲੇ ਸ਼ੁਰੂਆਤ ਹੋਈ ਜਾਣੀ ਹੈ ਕਦੇ ਦਿਨ ਨੂੰ ਲੋਕਾਂ ਨੇ ਰੋਲਾ ਪਾਣਾ ਕਰ ਸ਼ੁਰੂ ਕਰ ਦੇਣਾ ਵੇਖੋ ਜੀ ਇਹ ਬ੍ਰਾਹਮਣਵਾਦ ਤਰੀਕੇ ਨਾਲ ਮਨਾਉਂਦੇ ਆ ਗੁਰਪੁਰਬ ਤੇ ਵਿਸਾਖ ਦੇ ਮਹੀਨੇ 'ਚ ਹੋਣਾ ਚਾਹੀਦਾ ਸੀ ਤੇ ਹੁਣ ਕੱਤਕ ਦੇ ਮਹੀਨੇ ਵਿੱਚ ਵੀ ਨਹੀਂ ਰਿਹਾ ਜੀ ਮੱਘਰ ਦੀ ਪੂਰਨਮਾਸ਼ੀ ਆ ਗਈ ਇਹ ਜਿਹੜੀ ਪੂਰਨਮਾਸ਼ੀ ਆ ਇਹ ਕੱਤਕ ਦੀ ਹੋਣੀ। ਭਾਵੇਂ ਮਹੀਨਾ ਮੱਘਰ ਦਾ ਚੱਲ ਰਿਹਾ ਪਰ ਚੰਦਰਮਾ ਦਾ ਕੈਲੰਡਰ ਤੇ ਸੂਰਜ ਦੇ ਕੈਲੰਡਰ 'ਚ ਫਰਕ ਰਹਿਣਾ ਹੀ ਰਹਿਣਾ ਨਾ। ਜਿਹੜੀ ਪੂਰਨਮਾਸ਼ੀ ਆ ਉਹ ਚੰਦਰਮਾ ਦੇ ਕੈਲੰਡਰ ਮੁਤਾਬਕ ਹੈ ਉਹਦੇ ਮੁਤਾਬਕ ਤਾਂ ਕੱਤਕ ਹੀ ਚੱਲਣਾ ਹੈ ਨਾ। ਤੇ ਗੁਰੂ ਸਾਹਿਬਾਂ ਦੇ ਜਿੰਨੇ ਵੀ ਆਪਾਂ ਪੁਰਬ ਮਨਾਉਂਦੇ ਆ ਉਹ ਚੰਦਰਮਾ ਦੇ ਕੈਲੰਡਰਾਂ ਮੁਤਾਬਕ ਨੇ। ਗੁਰੂ ਗ੍ਰੰਥ ਸਾਹਿਬ ਜੀ ਜਿਹੜੀਆਂ ਤਰੀਕਾਂ ਲਿਖੀਆਂ ਉਹ ਚੰਦਰਮਾ ਦੇ ਕੈਲੰਡਰ ਮੁਤਾਬਕ 15 ਤਿਥਾਂ ਲਿਖੀਆਂ। ਮਸਿਆ ਤੋਂ ਪੂਰਨਿਆਂ ਤੱਕ ਪੁੰਨਿਆਂ ਤੋਂ ਮਸਿਆ ਤੱਕ 15-15 ਦਿਨਾਂ ਦੇ ਪੱਖ ਹਨ ਹਨੇਰਾ ਤੇ ਚਾਨਣਾ ਪੱਖ ਉਹਦੇ ਮੁਤਾਬਕ ਗੁਰੂ ਸਾਹਿਬਾਂ ਦੇ ਪੁਰਬ ਨੇ ਸਾਰੇ ਆਪਾਂ ਗੁਰੂ ਨਾਨਕ ਸਾਹਿਬ ਦੇ ਨੌਵੇਂ ਪਾਤਸ਼ਾਹ ਦੀ ਸ਼ੀਧੀ ਜਿਵੇਂ ਮੱਘਰ ਸੁਦੀ ਪੰਚਮੀ ਨੂੰ ਹੈ ਉਹ ਅਗਲੇ ਮਹੀਨੇ 17 ਦਸੰਬਰ ਨੂੰ ਆ ਰਹੀ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਪੁਰਬ ਜਿਹੜਾ ਉਹ ਕੱਤਕ ਦੀ ਪੂਰਨਮਾਸ਼ੀ ਦੇ ਮੁਤਾਬਕ ਪੂਰਨਮਾਸ਼ੀ ਤਾਂ ਹੁਣ ਅੱਗੇ ਮੱਘਰ ਦੇ ਵਿੱਚ ਵੀ ਆ ਸਕਦੀ ਹੈ ਤੋ 27 ਤਰੀਕ ਨੂੰ ਆ ਰਹੀ ਇਸ ਕਰਕੇ ਪੁੰਨਿਆਂ ਕੱਤਕ ਦੀ ਗਿਣੀ ਜਾਣੀ ਮੱਗਰ ਦੀ ਪੁੰਨਿਆ ਅਗਲੇ ਮਹੀਨੇ ਹੋਵੇਗੀ ਤੋ ਸਤਿਗੁਰੂ ਸੱਚੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖਾਲਸਾ ਜੀ ਸਾਨੂੰ ਅੱਜ ਕੱਲ੍ਹ ਨਾ ਜਾਣ ਬੁਝ ਕੇ ਪਰਮਾਇਆ ਜਾਂਦਾ ਹੈ ਜਾਣ ਬੁਝ ਕੇ ਆ ਸੋਸ਼ਲ ਮੀਡੀਆ ਤੇ ਸ਼ੋਸ਼ੇ ਛੱਡ ਦਿੱਤੇ ਜਾਂਦੇ ਆ ਵੀ ਆਪੇ ਉਲਝੇ ਰਹਿਣ ਇਹਨਾਂ ਨੂੰ ਪੁਰਬ ਚੇਤੇ ਹੀ ਨਾ ਰਵੇ ਆਪਸ ਵਿੱਚ ਇੱਕ ਦੂਜੇ ਨੂੰ ਗਾਲੀ ਗਲੋਚ ਕਰੀ ਜਾਣ ਨੱਟ ਦੇ ਉੱਤੇ ਲੜੀ ਭੜੀ ਜਾਣ ਉਹ ਤਮਾਸ਼ਾ ਵੇਖਦੇ ਐ ਜਿਹੜੇ ਇਦਾਂ ਦੇ ਲੋਕ ਐ ਪਰ ਗੁਰਸਿੱਖ ਸੁਚੇਤ ਰਹਿਣ ਸਾਵਧਾਨ ਰਹਿਣ ਇਦਾਂ ਦੇ ਬਾਦ-ਵਿਵਾਦ ਤੋਂ ਰਹਿਤ ਹੋ ਕੇ ਗੁਰੂ ਸਾਹਿਬਾਂ ਦੇ ਪੁਰਬਾਂ ਨੂੰ ਫੋਕਸ ਕਰਨਾ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜਨਾ ਸੁਣਨਾ ਵਿਚਾਰਨਾ ਉਹਨਾਂ ਦੀਆਂ ਜਨਮ ਸਾਖੀਆਂ ਪੜਨੀਆਂ ਸੁਣਨੀਆਂ ਵਿਚਾਰਨੀਆਂ ਇਹ ਸਾਡਾ ਸਾਰਿਆਂ ਦਾ ਕਰਤੱਵ ਤੇ ਫਰਜ਼ ਬਣਦਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਚਾਰ ਜਨਮ ਸਾਖੀਆਂ ਮਿਲਦੀਆਂ ਪਰਾਤਨ ਜਨਮ ਸਾਖੀ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਹੈ ਭਾਈ ਮਨੀ ਸਿੰਘ ਸਾਹਿਬ ਵਾਲੀ ਜਨਮ ਸਾਖੀ ਹੈ ਇਸੇ ਤਰ੍ਹਾਂ ਭਾਈ ਮਿਹਰਬਾਨ ਵਾਲੀ ਜਨਮ ਸਾਖੀ ਹੈ ਉਹਨਾਂ ਜਨਮ ਸਾਖੀਆਂ ਦੇ ਆਧਾਰ ਤੇ ਸਾਰਾ ਇਤਿਹਾਸ ਅੱਗੇ ਫਿਰ ਪਮਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਆਧਾਰ ਤੇ ਲਿਖਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਸਮਤ ਬਿਕਰਮੀ 1526 ਨੂੰ ਕਤਕ ਦੀ ਪੂਰਨ ਮਾਸੀ ਵਾਲੇ ਦਿਨ ਰਾਏ ਭੋਏ ਦੀ ਤਲਵੰਡੀ ਜਿਹਨੂੰ ਬਾਰ ਦੇਸ਼ ਕਹਿੰਦੇ ਆ ਜਿਵੇਂ ਆਪਾਂ ਜਿੱਥੇ ਬੈਠੇ ਆ ਇਹ ਪੁਆਦ ਦਾ ਇਲਾਕਾ ਹੈ ਇਹ ਸੁਆਣਾ ਤੇ ਆ ਨੇੜੇ ਤੇੜੇ ਦਾ ਇਧਰ ਬਨੂੜ ਦਾ ਇਧਰ ਅੰਬਾਲੇ ਸ਼ਹਿਰ ਤੱਕ ਦਾ ਇਹ ਸਾਰਾ ਇਲਾਕਾ ਰੋਪੜ ਤੱਕ ਦਾ ਇਹ ਪੁਆਦ ਦਾ ਇਲਾਕਾ ਹੈ ਇਹਨੂੰ ਪੁਆਦ ਦੇਸ਼ ਕਹਿੰਦੇ ਆ ਥੋੜਾ ਜਿਹਾ ਪਟਿਆਲੇ ਤੋਂ ਅੱਗੇ ਨੂੰ ਚਲੇ ਜਾਈਏ ਤੇ ਉਹ ਮਾਲਵੇ ਦਾ ਦੇਸ਼ ਹੈ। ਇੱਧਰ ਜਲੰਧਰ ਤੋਂ ਸੱਜੇ ਖੱਬੇ ਹੋ ਜਾਈਏ ਨਵੇਂ ਸ਼ਹਿਰ ਨੂੰ ਹੋਰ ਇੱਧਰ ਨੂੰ। ਔਰੋਪੜ ਤੋਂ ਅੱਗੇ ਨੂੰ ਅਨੰਦਪੁਰ ਸਾਹਿਬ ਟੱਪ ਜਾਈਏ ਤੇ ਦੁਆਬੇ ਦਾ ਦੇਸ਼ ਹੈ। ਫਿਰ ਸ੍ਰੀ ਅਮਰਸਰ ਸਾਹਿਬ ਦਾ ਇਲਾਕਾ ਜਿਹੜਾ ਉਹ ਮਾਝੇ ਦਾ ਇਲਾਕਾ ਜਿਹੜਾ ਨਨਕਾਣਾ ਸਾਹਿਬ ਦਾ ਇਲਾਕਾ ਉਹਨੂੰ ਬਾੜ ਦੇਸ਼ ਕਹਿੰਦੇ। ਪੂਰੇ ਪੰਜਾਬ ਦੇ ਵਿੱਚ ਖਿੱਤੇ ਜਿਹੜੇ ਸਨ ਇਲਾਕੇ ਬਣਾਏ ਹੋਏ ਬਾਰ ਦੇਸ਼ ਸ਼ੁਭ ਦੇਸ਼ ਨਰੇਸੂ ਮਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਵੀ ਇਹ ਜਿਹੜਾ ਬਾਰ ਦੇਸ਼ ਹੈ ਨਾ ਨਨਕਾਣਾ ਸਾਹਿਬ ਦਾ ਇਲਾਕਾ ਇਹ ਜਿੰਨੇ ਦੇਸ਼ ਨੇ ਉਹਨਾਂ ਦੇਸ਼ਾਂ ਦਾ ਰਾਜਾ ਦੇਸ਼ ਹੈ ਬੜੀ ਉਪਜਾਊ ਜ਼ਮੀਨ ਲੋਕ ਬੜੇ ਤੰਦਰੁਸਤ ਵਾਤਾਵਰਨ ਬੜਾ ਸੋਹਣਾ ਉੱਥੋਂ ਦਾ ਨਨਕਾਣਾ ਸਾਹਿਬ ਦਾ ਤੇ ਮਾਨੋ ਵਿਰਾਤੇ ਨੇ ਪਰਮੇਸ਼ਰ ਨੇ ਇਹ ਦੇਸ਼ ਰਚਿਆ ਇਸ ਕਰਕੇ ਕਿਉਂਕਿ ਅਕਾਲ ਪੁਰਖ ਜੀ ਨੇ ਗੁਰਨਾਨਕ ਰੂਪ ਹੋ ਕੇ ਸੰਸਾਰ ਵਿੱਚ ਆਉਣਾ। ਤੋਂ ਰਾਏ ਭੋਏ ਦੀ ਤਲਵੰਡੀ ਚ ਮਹਾਰਾਜ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵੇਖੇ ਜਗਤ ਮਾਤਾ ਬਾਤਾ ਤ੍ਰਿਪਤਾ ਜੀ ਦੇ ਉਦਰ ਤੋਂ। ਅੰਮ੍ਰਿਤ ਵੇਲੇ ਮਹਾਰਾਜ ਗੁਰਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ। ਕਹਿੰਦੇ ਜਿਸ ਵੇਲੇ ਸਹਿਬਾਂ ਦਾ ਪ੍ਰਕਾਸ਼ ਹੋਇਆ ਜਿਹੜੇ ਕਮਰੇ ਚ ਪ੍ਰਕਾਸ਼ ਹੋਇਆ ਉਹ ਕਮਰੇ ਚ 12 ਦੀਵੇ ਜਗਾਏ ਸੀ। 12 ਦੀਵੇ ਇਸ ਕਰਕੇ ਜਗਾਏ ਵੀ ਕਮਰੇ ਚ ਰੋਸ਼ਨੀ ਰਹੇ ਅਮਰਤ ਵੇਲੇ ਦਾ ਸਮਾਂ ਸੀ ਹਨੇਰਾ ਸੀ ਜਦੋਂ ਸਹਬ ਜੀ ਦਾ ਪ੍ਰਕਾਸ਼ ਹੋਇਆ ਤੇ ਕਹਿੰਦੇ 12 ਦੇ 12 ਦੀਵਿਆਂ ਦੀ ਲੋ ਮੱਦਮ ਪੈ ਗਈ ਜਿਹੜੀ ਦਾਈ ਸੀ ਉਹਦਾ ਨਾਂ ਸੀ ਦੌਲਤਾ ਉਹ ਬੜੀ ਅश्चਰਜ ਹੋਈ ਹੈਰਾਨ ਹੋਈ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਰਹੇ ਥੇ ਉਹ ਬੜੀ ਹੈਰਾਨ ਹੋਈ ਕਿ ਬੱਚੇ ਤਾਂ ਬੜੇ ਜੰਮਦੇ ਆ ਪਰ ਉਹ ਜੰਮਦੇ ਆ ਰੋਂਦੇ ਆ ਉਹਨਾਂ ਨੂੰ ਜਨਮ ਸਮੇਂ ਪੀੜਾ ਹੁੰਦੀ ਹੈ ਜਨਮ ਸਮੇਂ ਕੱਲੀ ਮਾਤਾ ਨੂੰ ਪੀੜਾ ਨਹੀਂ ਹੁੰਦੀ ਮਾਤਾ ਨੂੰ ਤਾਂ ਉਦਰ ਦੀ ਪੀੜਾ ਹੈ ਹੀ ਹੈ ਪ੍ਰਸੂਤਾ ਦੀ ਪਰ ਜਿਹੜਾ ਬੱਚਾ ਜਨਮ ਲੈਂਦਾ ਉਹ ਵੀ ਬੜੀ ਭਿਆਨਕ ਪੀੜਾ 'ਚੋਂ ਗੁਜ਼ਰਦਾ 9 ਮਹੀਨਿਆਂ ਦੇ ਅੰਧਕਾਰ 'ਚੋਂ ਇੱਕਦਮ ਜਦੋਂ ਉਹਦਾ ਜਨਮ ਹੁੰਦਾ ਜਿਹਨੇ ਕਦੇ ਆਪਣੇ ਮੂੰਹ ਨਾਲ ਨੱਕ ਨਾਲ ਸਾਹ ਨਹੀਂ ਲਿਆ ਹੁੰਦਾ 9 ਮਹੀਨਿਆਂ 'ਚ ਇੱਕਦਮ ਜਦੋਂ ਜਨਮ ਲੈਂਦਾ ਉਹਦੇ ਫੇਫੜਿਆਂ ਵਿੱਚ ਸਾਹ ਭਰਦਾ ਇੱਕ ਲਈ ਉਹਦੇ ਉਹਦੇ ਲਈ ਤਰ ਲੋ ਮੱਛੀ ਹੋ ਜਾਂਦੀ ਵੀ ਇਹ ਕੀ ਹੋ ਗਿਆ ਉਹਦੇ ਲਈ ਬਹੁਤ ਵੱਡਾ ਉਹ ਦੁਖਦਾਈ ਸਮਾਂ ਹੁੰਦਾ ਉਸ ਵੇਲੇ ਜਨਮ ਦੀ ਪੀੜਾ ਉਸ ਬਾਲਕ ਨੂੰ ਵੀ ਬਹੁਤ ਵਿਆਪ ਦਿੱਤਾ ਤੇ ਮਹਾਪੁਰਖਾਂ ਨੇ ਜਨਮ ਤੇ ਮਰਨ ਦੋਨਾਂ ਦੀ ਪੀੜਾ ਨੂੰ ਵਰਣਨ ਕੀਤਾ ਪਰ ਉਹ ਹੈਰਾਨ ਹੋਈ ਵੀ ਇਸ ਬੱਚੇ ਨੂੰ ਤਾਂ ਕੋਈ ਜਨਮ ਦੀ ਪੀੜਾ ਹੀ ਨਹੀਂ ਵਿਆਪੀ ਇਹ ਤਾਂ ਜਨਮ ਲੈਂਦਿਆਂ ਮੁਸਕਰਾ ਰਿਹਾ ਹੈ ਹੈਰਾਨ ਹੋ ਗਏ 당고 ਮਾਪੁਰਖਾਂ ਦਾ ਸਤਗੁਰੂ ਸੱਚੇ ਪਾਤਸ਼ਾਹ ਦਾ ਜਨਮ ਹੋਇਆ ਹੀ ਨਹੀਂ ਪ੍ਰਕਾਸ਼ ਹੋਇਆ ਇੱਕ ਕਥਾ RAMCHARITMANAS ਵਿੱਚ ਸਵਾਮੀ ਗੋ ਗੋਸਵਾਮੀ ਤੁਲਸੀਦਾਸ ਜੀ ਨੇ ਭਗਵਾਨ ਰਾਮਚੰਦਰ ਜੀ ਦੇ ਬਾਬਤ ਲਿਖੀ ਇਹ ਆਪਣੇ ਇਸ਼ਟ ਦੇਵ ਪ੍ਰਤੀ ਉਹਨਾਂ ਦੇ ਜਿਗਿਆਸੂ ਜਿਹੜੇ ਸੇਵਕ ਹੁੰਦੇ ਉਹਨਾਂ ਦੀ ਭਾਵਨਾ ਹੁੰਦੀ ਵੀ ਸਾਡਾ ਇਸ਼ਟ ਜੰਮਿਆ ਨਹੀਂ ਹੈ अवतरित ਹੋਇਆ ਜੇ ਵਿਆਪਾਂ ਵੀ ਕੋਈ ਕਹਿ ਦੇਵੇ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਤਾਂ ਆਪਾਂ ਕਹਿੰਦੇ ਨਾ ਬਈ ਪ੍ਰਕਾਸ਼ ਕਹੋ ਇਹ ਪ੍ਰਕਾਸ਼ ਹੋਇਆ ਕਿਉਂਕਿ ਜਨਮ ਅਸੀਂ ਮੰਨਦੇ ਨਹੀਂ ਸਾਹਿਬ ਜਨਮ ਚ ਆਈ ਨਹੀਂ ਇਦਾਂ ਹੀ ਉਹਨਾਂ ਨੇ ਕਥਾ ਲਿਖੀ ਇੱਕ ਕਹਿੰਦੇ ਜਦੋਂ ਭਗਵਾਨ ਰਾਮਚੰਦਰ ਜੀ ਦਾ ਜਨਮ ਹੋਣਾ ਸੀ ਨਾ ਤੇ ਮਾਤਾ ਕੁਸ਼ਲਿਆ ਦੇ ਸਾਹਮਣੇ ਪ੍ਰਗਟ ਹੋ ਗਏ ਚਾਰ ਬਾਵਾ ਕਿਉਂਕਿ ਬਿਸ਼ਨੂ ਦਾ ਅਵਤਾਰ ਸੀ ਨਾ ਤੇ ਬੜਾ ਉੱਚਾ ਲੰਮਾ ਕੱਦ ਕਾਠ ਹੱਥ ਦੇ ਵਿੱਚ ਇੱਕ 'ਚ ਸੂਦਰਸ਼ਨ ਚੱਕਰ ਫੜਿਆ ਹੋਇਆ ਇੱਕ 'ਚ ਸ਼ੰਖ ਫੜਿਆ ਹੋਇਆ ਇੱਕ 'ਚ ਗਦਾ ਫੜੀ ਹੋਈ ਤੇ ਮਾਤਾ ਕੁਸ਼ਲਿਆ ਨੂੰ ਆ ਕੇ ਕਹਿੰਦੇ ਮਾਤਾ ਮੈਂ ਤੇਰੇ ਘਰ ਜਨਮ ਲੈ ਕੇ ਆ ਗਿਆ ਤੇ ਮਾਤਾ ਨੂੰ ਕਹਿੰਦੀ ਹੈ ਭਗਵਾਨ ਜੀ ਨੂੰ ਵੀ ਜਨਮ ਲੈ ਕੇ ਆਇਆ ਇੱਥੇ ਜਨਮ ਲੈਂਦੇ ਬੰਦਿਆਂ ਦੇ ਹੱਥਾਂ 'ਚ ਹਥਿਆਰ ਨਹੀਂ ਹੁੰਦੇ ਸੁਦਰਸ਼ਨ ਚੱਕਰ ਨਹੀਂ ਹੁੰਦੇ ਕਹਿੰਦੇ ਅੱਛਾ ਉਹਨਾਂ ਆਪਣੇ ਉਹ ਸਾਰੇ ਸ਼ਾਸਤਰ ਜਿਹੜੇ ਸੀ ਅਲੋਪ ਕਰਤੇ ਕਹਿੰਦੇ ਬਾਤਾਂ ਹੁਣ ਠੀਕ ਐ ਕਹਿੰਦੇ ਹਾਂ ਠੀਕ ਐ ਪਰ ਇੱਥੇ ਜਿਹੜੇ ਧਰਤੀ ਤੇ ਜੰਮਦੇ ਆ ਉਹਨਾਂ ਦੀਆਂ ਬਾਹਾਂ ਚਾਰ ਨਹੀਂ ਹੁੰਦੀਆਂ ਕਹਿੰਦੇ ਦੋ ਬਾਹਾਂ ਵੀ ਅਲੋਪ ਕਰ ਲੀਆਂ ਕਹਿੰਦੇ ਹੁਣ ਠੀਕ ਐ ਮਾਤਾ ਕਹਿੰਦੇ ਹਾਂ ਠੀਕ ਐ ਪਰ ਇੱਥੇ ਜੰਮਦੇ ਬੱਚੇ ਤੁਹਾਡੇ ਵਰਗੇ ਡੇ ਉੱਚੇ ਲੰਮੇ ਨਹੀਂ ਹੁੰਦੇ ਕਹਿੰਦੇ ਛੋਟਾ ਕਰ ਲਿਆ ਕਦ ਭਗਵਾਨ ਜੀ ਨੇ ਛੋਟਾ ਕਰਦਿਆਂ 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 ਇੱਕ ਦਿਨ ਦਾ ਜਿੰਨੇ ਬੱਚੇ ਦਾ ਕਦ ਹੁੰਦਾ ਉਨਨਾ ਕ ਕਰ ਲਿਆ ਕਹਿੰਦੇ ਬਾਤਾਂ ਹੁਣ ਠੀਕ ਐ ਕਹਿੰਦੇ ਹਾਂ ਬਾਕੀ ਸਾਰੀਆਂ ਗੱਲਾਂ ਠੀਕ ਨੇ ਪਰ ਇੱਕ ਦਿਨ ਦਾ ਬੱਚਾ ਇਦਾਂ ਸਵਾਲ ਜਵਾਬ ਨਹੀਂ ਕਰਦਾ ਹੁੰਦਾ ਬੋਲਦਾ ਨਹੀਂ ਹੁੰਦਾ ਤੇ ਕੀ ਕਰਦਾ ਹੁੰਦਾ ਕਹਿੰਦੇ ਰੋਂਦਾ ਹੈ ਰੁਦਨ ਕਰਦਾ ਤੋਂ ਭਗਵਾਨ ਜੀ ਕਹਿੰਦੇ ਇਦਾਂ ਆਏ ਇਹ ਉਹਨਾਂ ਦੀ ਭਾਵਨਾ ਹੈ ਗੋਸਵਾਮੀ ਤੁਲਸੀਦਾਸ ਜੀ ਦੇ ਆਪਣੇ ਇਸ਼ਟ ਦੀ ਸਿੱਖਾਂ ਦੀ ਇਹ ਭਾਵਨਾ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਜਨਮ 'ਚ ਨਹੀਂ ਆਏ ਜਿਵੇਂ ਸਾਡੇ ਸਾਰਿਆਂ ਦੇ ਜਨਮ ਹੁੰਦੇ ਇਦਾਂ ਨਹੀਂ ਇੱਕਦਮ ਪ੍ਰਕਾਸ਼ਿਤ ਹੋਏ ਖੇਡ ਜੇ ਵਰਤੀ ਜਿਵੇਂ ਇੱਕ ਕੌਤਕ ਜਿਹਾ ਹੁੰਦਾ ਚੋਜ ਜਿਹਾ ਹੁੰਦਾ ਤੋ ਆਪ ਪਰਮੇਸ਼ਰੇ ਸੰਸਾਰ 'ਚ ਗੁਰਨਾਨਕ ਰੂਪ ਹੋ ਕੇ ਆਏ ਦਾਈ ਦੌਲਤਾ ਹੈਰਾਨ ਸੀ ਪਿਤਾ ਜੰਮਦੇ ਹੀ ਮੁਸਕਰਾ ਰਹੇ ਨੇ ਇਹਨਾਂ ਨੂੰ ਪੀੜਾ ਨਹੀਂ ਹੈ। ਇੱਕਦਮ ਸਾਰੇ ਕਮਰੇ 'ਚ ਲੋ ਤੇ ਪ੍ਰਕਾਸ਼ ਹੋ ਗਿਆ। ਇਹ ਵੀ ਹੈਰਾਨੀ ਸੀ, ਵਿਸਮਾਦ ਸੀ। ਪਿਤਾ ਜੀ ਨੂੰ ਜਾ ਕੇ ਦੱਸਿਆ ਵਧਾਈ ਹੋਵੇ ਪਟਵਾਰੀ ਸਾਹਿਬ ਤੁਹਾਡੇ ਕਰ ਪੁੱਤਰ ਦਾ ਜਨਮ ਹੋਇਆ। ਦਿਨ ਚੜ੍ਹਿਆ ਨਾ ਜਦੋਂ ਨਨਕਾਣਾ ਸਾਹਿਬ ਦੇ ਇਲਾਕੇ ਦੇ ਜਿੰਨੇ ਸ਼ਹਿਰ ਦੇ ਲੋਕ ਬੜੇ ਖੁਸ਼। ਸਭ ਦੇ ਅੰਦਰ ਬੜੀ ਖੁਸ਼ੀ। ਇੱਕ ਦੂਜੇ ਨੂੰ ਪੁੱਛਣ ਅੱਜ ਬੜਾ ਖੁਸ਼ ਐ ਉਹ ਕਹਿੰਦੇ ਹਾਂ ਪਰ ਪਤਾ ਨਹੀਂ ਵੀ ਖੁਸ਼ੀ ਐ ਕਾ ਦੀ ਖੁਸ਼ ਬੜੇ ਸਾਰੇ ਮਨ ਬੜਾ ਖੇੜੇ ਚ ਸਾਰਿਆਂ ਦਾ ਇੱਕ ਦੂਜੇ ਨੂੰ ਪੁੱਛਣ ਪਤਾ ਨਹੀਂ ਅੱਜ ਮਨ ਬੜਾ ਖੁਸ਼ ਆ ਵੀ ਖੁਸ਼ੀ ਦਾ ਕਾਰਨ ਨਹੀਂ ਲੱਭਦਾ ਪਰ ਉਹ ਜਾਣਦੇ ਨਹੀਂ ਸਨ ਵੀ ਖੁਸ਼ੀਆਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਹਨਾਂ ਕਰਕੇ ਖੁਸ਼ੀਆਂ ਹੀ ਖੁਸ਼ੀਆਂ ਵੰਡੀਆਂ ਜਾ ਰਹੀਆਂ ਸਾਰੇ ਤਰਫਾਂ ਸਾਹਿਬ ਜੀ ਦਾ ਨਾਮਕਰਨ ਹੋਇਆ ਪੰਡਤ ਰਧਿਆਲ ਜੀ ਉਹਨਾਂ ਨੇ ਜਨਮ ਪੱਤਰੀ ਬਣਾਈ ਤੇ ਜਨਮ ਪੱਤਰੀ ਬਣਾਉਣ ਵੇਲੇ ਹੈਰਾਨ ਹੋ ਗਏ ਵੀ ਇਹ ਸਮੇਂ ਵਿੱਚ ਜਿਹੜੇ ਬਾਲਕ ਜਨਮੇ ਆ ਉਹ ਸਧਾਰਨ ਬਾਲਕ ਨਹੀਂ ਇਹ ਰੋਣੀ ਨਿ ਛੱਤਰ ਹੈ ਬੜੇ ਕਮਾਲ ਦਾ ਇਹ ਨਿਛੱਤਰੇ ਸਮੇਂ ਮਹਾਪੁਰਖ ਦੱਸਦੇ ਆ ਜਨਮ ਸਾਖੀਆਂ 'ਚ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ ਨਾ ਪ੍ਰਕਾਸ਼ ਹੋਇਆ ਉਸ ਛਿੰਨ ਚ ਜਿੰਨੇ ਵੀ ਬੱਚੇ ਪੂਰੇ ਸੰਸਾਰ ਭਰ ਚ ਜਨਮੇ ਸਭ ਮਹਾਂਪੁਰਖ ਹੋਏ ਉਸ ਵੇਲੇ ਉਸ ਛਿੰਨ ਚ ਕਿਉਂਕਿ ਜਿਸ ਵੇਲੇ ਸਹਿਬ ਦਾ ਪ੍ਰਕਾਸ਼ ਹੋਇਆ ਪੂਰੇ ਸੰਸਾਰ ਚ ਹੋਰ ਵੀ ਬਹੁਤ ਬਾਲਕਾਂ ਦੇ ਜਨਮ ਹੋਏ ਹੋਣਗੇ ਨਾ ਜਿੰਨੇ ਵੀ ਬਾਲਕ ਜਨਮੇ ਸਭ ਮਹਾਂਪੁਰਖ ਹੋਏ ਅਵਤਾਰੀ ਪੁਰਖ ਹੋਏ ਇਹੋ ਜੀ ਕਲਾ ਵਰਤੀ ਸਤਿਗੁਰਾਂ ਦੇ ਤੋ ਪੰਡਤ ਜੀ ਹੈਰਾਨ ਸਨ ਕਿ ਇਹ ਜਨਮ ਪੱਤਰੀ ਕੋਈ ਆਮ ਸਧਾਰਨ ਜੀਵਾਂ ਦੀ ਨਹੀਂ ਹੈ ਅਰਦਾਸਾਂ ਕਰਦਾ ਦਾਤਿਆ ਜਦੋਂ ਤੱਕ ਇਹ ਵੱਡੇ ਨਹੀਂ ਹੋ ਜਾਂਦੇ ਕਿਉਂਕਿ ਬਜ਼ੁਰਗ ਸੀ ਪੰਡਤ ਅਰਧਿਆਲ ਜੀ ਮੇਰੀ ਉਦੋਂ ਤੱਕ ਉਮਰ ਲੰਮੀ ਕਰਿਓ ਕਿ ਜਦੋਂ ਇਹ ਵੱਡੇ ਹੋਣ ਤੇ ਮੈਂ ਇਹਨਾਂ ਦਾ ਉਪਦੇਸ਼ ਸੁਣ ਕੇ ਆਪਣਾ ਭਲਾ ਕਰਾਂ ਇਹਨਾਂ ਦੇ ਬਚਨ ਸੁਣਾ ਮੈਂ ਵੇਖਾਂ ਵੀ ਇਹ ਕੀ ਸ਼ਕਤੀ ਦੇ ਮਾਲਕ ਨੇ ਸਾਹਿਬ ਜੀ ਦਾ ਨਾਮ ਕਰਨ ਹੋਇਆ ਨਾਨਕ ਸ਼ਬਦ ਸਾਹਿਬ ਜੀ ਦੇ ਨਾਮ ਦਾ ਰੱਖਿਆ ਜਗਤ ਗੁਰੂ ਬਾਬਾ ਜੀ ਬਚਪਨ ਵਿੱਚ ਹੀ ਬਾਲਪਨ ਦੇ ਬਿਆੰਤ ਅਸਚਰਜ ਚੋਜ ਕਰਦੇ ਛੋਟੇ ਜਿਹੇ ਸਨ 2-3 ਸਾਲ ਦੇ ਤੇ ਕਦੇ ਘਰੋਂ ਕੋਈ ਗੜਵਾ ਚੁੱਕਣਾ ਦੇ ਬਾਹਰ ਦੇ ਆਉਣਾ ਕਿਸੇ ਮੰਗਤੇ ਨੂੰ ਕਦੇ ਕੋਈ ਪਾਂਡਾ ਚੁੱਕਣਾ ਬਾਹਰ দান ਕਰ ਆਉਣਾ ਪਿਤਾ ਜੀ ਉਹਨਾਂ ਨੇ ਸੋਚਣਾ ਵੀ ਬੱਚਾ ਪਰ ਫਿਰ ਮਨ 'ਚ ਖਿਆਲ ਆਉਣਾ ਵੀ ਪੰਡਤ ਅਰਧਿਆਲ ਤਾਂ ਕਹਿੰਦਾ ਸੀ ਵੀ ਇਹ ਵੱਡਾ ਹੋ ਕੇ ਤੁਹਾਡਾ بڑا ਨਾਂ ਕਰੇਗਾ ਵੀ ਇਹ ਤਾਂ ਘਰ ਦੀਆਂ ਚੀਜ਼ਾਂ ਚੁੱਕ-ਚੁੱਕ ਕੇ ਬਾਹਰ ਸੋਟ ਆਉਂਦੇ ਆ ਖਬਰੇ ਕੀ ਕਰਦੇ ਆ ਇਹ ਘਰ ਉਜਾੜਨ ਵਾਲਾ ਹੀ ਨਾ ਹੋਵੇ ਪਿਤਾ ਜੀ ਦੇ ਮਨ 'ਚ ਇਹ ਖਿਆਲ ਆਇਆ ਕਈ ਵਾਰੀ ਉਹਨਾਂ ਨੇ ਪੰਡਤ ਜੀ ਨੂੰ ਵੀ ਕਿਹਾ ਇੱਕ ਦਿਨ ਫਿਰ ਪੰਡਤ ਜੀ ਨੇ ਕਹਿ ਹੀ ਦਿੱਤੀ ਗੱਲ ਕਹਿਣ ਲੱਗੇ ਪਟਵਾਰੀ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਸਾਂ ਉਦੋਂ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਵੀ ਇਹ ਆਪ ਪਰਮੇਸ਼ਰ ਨੇ ਸਾਰਾ ਸੰਸਾਰ ਜਾਣੇਗਾ ਇਹਨਾਂ ਬਾਰੇ ਵੀ ਇਹ ਪਰਮੇਸ਼ਰ ਨੇ ਪਰ ਤੁਸੀਂ ਇਹਨਾਂ ਨੂੰ ਆਪਣਾ ਪੁੱਤਰ ਰੂਪ ਕਰਕੇ ਹੀ ਵੇਖੋਗੇ ਤੁਹਾਨੂੰ ਨਹੀਂ ਨਜ਼ਰ ਆਉਣਾ ਵੀ ਇਹ ਪਰਮੇਸ਼ਰ ਹੈ ਕਿਉਂਕਿ ਮਾਤਾ ਪਿਤਾ ਜੀ ਨੇ ਕਈ ਜਨਮ ਸਾਧਨਾ ਕੀਤੀ ਮਾਤਾ ਤ੍ਰਿਪਤਾ ਜੀ ਨੇ ਪਿਤਾ ਜੀ ਹੋਣਾ ਨੇ ਕਈ ਜਨਮ ਤਪੱਸਿਆ ਕੀਤੀ ਤੇ ਤਪ ਕਰਕੇ ਮੰਗੀਏ ਮੰਗੀ ਅਕਾਲ ਪੁਰਖ ਜੀ ਸਾਡੇ ਕਰ ਪੁੱਤਰ ਬਣ ਕੇ ਅਵਤਾਰ ਧਾਰੋ। ਕਈ ਜਨਮਾਂ ਦੀ ਤਪੱਸਿਆ ਸੀ ਉਹਨਾਂ ਦੀ। ਤੋਂ ਕਈ ਜਨਮਾਂ ਦੀ ਤਪੱਸਿਆ ਇਸ ਜਨਮ 'ਚ ਪੂਰੀ ਹੋਈ। ਪਰਮੇਸ਼ਰ ਆਏ ਆਪ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਤੇ ਪਰਮੇਸ਼ਰ 'ਚ ਭੇਦ ਕੋਈ ਨਹੀਂ। ਜਿਹੜੇ ਕਹਿੰਦੇ ਆ ਨਾ ਵੀ ਗੁਰੂ ਨਾਨਕ ਸਾਹਿਬ ਤੇ ਪਰਮੇਸ਼ਰ 'ਚ ਭੇਦ ਆ ਦਰਸਾ ਲਓ ਸਿੱਖ ਨਹੀਂ ਹੋ ਸਕਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਪਰਮੇਸ਼ਰ ਦੋਵੇਂ ਇੱਕ ਰੂਪ ਨੇ ਕਿਉਂਕਿ ਇਹਦਾ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰਹੀ ਔਰ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ ਉਹ ਹੀ ਤੀ ਹੈ ਸਿੱਖ ਵਾਸਤੇ ਅਖੀਰਲਾ ਫੈਸਲਾ ਗੁਰਬਾਣੀ ਹੈ ਗੁਰਬਾਣੀ ਤੋਂ ਪਰੇ ਸਾਡੇ ਲਈ ਕੁਝ ਨਹੀਂ ਹੈ ਤੇ ਗੁਰਬਾਣੀ ਕਹਿੰਦੀ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰ ਆਪ ਨਰਾਇਣ ਅਕਾਲ ਪੁਰਖ ਵੈਗੁਰੂ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਦਾ ਰੂਪ ਧਾਰ ਕੇ ਸੰਸਾਰ ਚ ਜਨਮ ਪ੍ਰਕਾਸ਼ ਧਾਰ ਕੇ ਆਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਆਪਣੀ ਬਾਣੀ ਚ ਉਹ ਕਹਿੰਦੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਆ ਉਤਾਰ ਧਾਰ ਦਰਸ ਦਿਖਾਏ ਕਹਿੰਦੇ ਜਿਹਦੇ ਅਕਾਲ ਪੁਰਖ ਦੇ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਅਕਾਲ ਪੁਰਖ ਦਾ ਸਰੂਪ ਇੰਨਾ ਵਿਰਾਟ ਹੈ ਕਿ ਉਹਦੇ ਇੱਕ ਰੋਮ 'ਚ ਕਰੋੜਾਂ ਬ੍ਰਹਿਮੰਡ ਨੇ ਐਡਾ ਵੱਡਾ ਪਰਮੇਸ਼ਰ ਕਹਿੰਦੇ ਉਸ ਅਕਾਲ ਪੁਰਖ ਨੇ ਮਾਨਸੀ ਸਰੀਰ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਦਾ ਰੂਪ ਧਾਰਨ ਕਰਕੇ ਆ ਕੇ ਸਾਡੇ ਵਰਗੇ ਕਲਯੁਗੀ ਜੀਵਾਂ ਦੇ ਪਾਰ ਉਤਾਰਨੇ ਵਾਸਤੇ ਮਾਨਸ ਸਰੀਰ ਧਾਰਨ ਕਰਕੇ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਆਏ ਮਾਨਸ ਅਵਤਾਰ ਧਾਰ ਦਰਸ ਦਿਖਾਏ ਮਾਨਸੀ ਸਰੀਰ ਧਾਰ ਕੇ ਆ ਕੇ ਦਰਸ਼ਨ ਦਿੱਤੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦਾ ਰੂਪ ਲੈ ਕੇ ਕਿਉਂ ਆਏ ਸਾਡੇ ਵਰਗੇ ਜੀਵਾਂ ਦੇ ਉਧਾਰ ਨੇ ਨਮਿਤ ਤਦੇ ਭਾਈ ਗੁਰਦਾਸ ਸਾਹਿਬ ਲਿਖਦੇ ਕਲ ਤਾਰਣ ਗੁਰ ਨਾਨਕ ਆਇਆ ਕਲ ਤਾਰਣ ਗੁਰ ਨਾਨਕ ਆਇਆ ਕਲ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਕਲ ਜੁਗੀ ਜੀਵਾਂ ਦੇ ਉਧਾਰ ਨੇ ਵਾਸਤੇ ਆਏ ਮਹਾਰਾਜ ਗੁਰੂ ਨਾਨਕ ਸਾਹਿਬ ਬਚਪਨ ਦੇ ਬਿਆੰਤ ਚੋਜ ਗਰੀਬ ਨਿਵਾਜ਼ ਸਾਹਿਬ ਜੀ ਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਕੀਤੇ ਥੋੜੇ ਜਿਹਾ ਉਡਾਰੂ ਹੋਏ 6-7 ਬਰਸ ਦੀ ਆਯੂ ਹੋਈ ਪਿਤਾ ਜੀ ਨੇ ਸੋਚਿਆ ਵੀ ਹੁਣ ਇਹਨਾਂ ਨੂੰ ਕਿਤੇ ਪੜਦੇ ਪਾਈਏ ਖਾਲਸਾ ਜੀ ਭਵੇਂ ਬਚਨ ਅਸੀਂ ਕਈ ਵਾਰੀ ਸੁਣੇ ਹੋਣਗੇ ਗੁਰ ਇਤਿਹਾਸ ਦੇ ਪਰ ਆਪਣੇ ਗੁਰੂ ਦੀ ਵਡਿਆਈ ਬਾਰ-ਬਾਰ ਕਰੋ ਤੇ ਸੁਣੋ ਜਿੰਨੀ ਵਾਰ ਸਤਿਗੁਰਾਂ ਦੀ ਕਥਾ ਕਰੋਗੇ ਸੁਣੋਗੇ ਓਨੀ ਵਾਰ ਵਿੱਚੋਂ ਨਵੀਂ ਖੇੜ ਮਿਲੇਗੀ ਕੁਝ ਨਾ ਕੁਝ ਨਵਾਂ ਹੀ ਪ੍ਰਾਪਤ ਹੋਵੇਗਾ ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਗੁਰੂ ਸਾਹਿਬ ਦਾ ਇਤਿਹਾਸ ਜਿੰਨੀ ਵੇਰੀ ਮਰਜ਼ੀ ਸੁਣੋ ਜਿੰਨੀ ਵੇਰੀ ਮਰਜ਼ੀ ਕਥਾ ਕਰੋ ਇਦਾਂ ਲੱਗਦਾ ਵੀ ਜਿਵੇਂ ਹੁਣੇ ਹੀ ਕਰ ਰਹੇ ਆਂ ਤੇ ਹੁਣੇ ਹੀ ਸੁਣ ਰਹੇ ਆਂ ਨਵਾਂ ਹੀ ਹੈ ਗੁਰਬਾਣੀ ਪੜ੍ਹ ਲਓ ਸੁਣ ਲਓ ਨਵੀਂ ਲੱਗਦੀ ਹੈ ਕਦੇ ਨਹੀਂ ਮਾਨਾ ਕਰਦਾ ਵੀ ਜਪਜੀ ਸਾਹਿਬ ਕੱਲ ਵੀ ਕੀਤਾ ਸੀ ਪਰसों ਵੀ ਕੀਤਾ ਸੀ ਰੋਜ਼ ਪੜ੍ਹੀਏ ਰੋਜ਼ ਨਵਾਂ ਹੀ ਆਨੰਦ ਆ ਨਵਾਂ ਹੀ ਚਾਹ ਹੈ ਨਾ ਇਦਾਂ ਗੁਰੂ ਪਾਤਸ਼ਾਹ ਦਾ ਜਿਹੜਾ ਇਤਿਹਾਸ ਹੈ ਜਿੰਨੀ ਵਾਰੀ ਪੜ੍ਹੋ ਸੁਣੋਗੇ ਕੁਝ ਨਾ ਕੁਝ ਨਵਾਂ ਹੀ ਮਿਲੇਗਾ ਵਿੱਚ ਤੇ ਨਾਲੇ ਆਪਣੇ ਗੁਰੂ ਦੀ ਵਡਿਆਈ ਸਿੱਖ ਨੇ ਕਰਦਿਆਂ ਕਰਦਿਆਂ ਸੁਣਦਿਆਂ ਸੁਣਦਿਆਂ ਜੀਵਨ ਬਤੀਤ ਕਰਨਾ ਤੋ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਸਤ ਕੁਸਾਲ ਦੀ ਉਮਰ ਹੋਈ ਤੇ ਪਿਤਾ ਜੀ ਕਹਿੰਦੇ ਇਹਨਾਂ ਨੂੰ ਪੜ੍ਹਦੇ ਪਾਈਏ ਭਾਈ ਸਾਹਿਬ ਵਚਨ ਲਿਖਦੇ ਐ ਬਹੁ ਗੁਣੀ ਅਲਾਵੈ ਸੁੱਤ ਨਾ ਪੜਾਵੈ ਸੋ ਛਤਰੂ ਸਮਤਾਤ ਗੁਣੀ ਲੋਕ ਕਹਿੰਦੇ ਆ ਵੀ ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਵਿਦਿਆ ਨਹੀਂ ਪੜਾਉਂਦੇ ਉਹ ਮਾਂ ਬਾਪ ਆਪਣੇ ਬੱਚਿਆਂ ਦੇ ਦੁਸ਼ਮਣ ਨੇ ਜਿਹੜਾ ਪਿਓ ਆਪਣੇ ਬੱਚੇ ਨੂੰ ਵਿੱਦਿਆ ਨਾ ਪੜਾਵੇ ਕਿਸੇ ਸਕੂਲ ਚ ਕਿਸੇ ਪਾਠਸ਼ਾਲਾ ਚ ਪੜਨ ਨਾ ਪਾਵੇ ਉਹ ਪਿਓ ਆਪਣੇ ਬੱਚਿਆਂ ਦਾ ਦੁਸ਼ਮਣ ਹੈ ਮਿੱਤਰ ਨਹੀਂ ਹੈ ਬਹੁ ਗੁਣੀ ਅਲਾਵਾ ਸੁਤ ਨਾ ਪੜਾਵੇ ਸੋ ਸ਼ਤਰੂ ਸਮਤਾਤ ਤਾਤ ਕਹਿੰਦੇ ਨੇ ਪਿਓ ਨੂੰ ਉਹ ਪਿਓ ਆਪਣੇ ਪੁੱਤ ਦਾ ਦੁਸ਼ਮਣ ਹੈ ਤੋ ਇਹਨਾਂ ਨੂੰ ਪੜਨ ਪਾਈਏ ਨਾਲੇ ਬੇਦੀ ਸੀ ਬੇਦੀ ਹੁੰਦੇ ਹੀ ਇਸ ਕਰਕੇ ਬੇਦੀ ਕਹੇ ਜਾਂਦੇ ਕਿਉਂਕਿ ਪੜਨ ਲਿਖਣ ਵਾਲੇ ਸੀ ਬੇਦ ਪੜਦੇ ਸੀ ਸ਼ਾਸਤਰ ਪੜਦੇ ਸੀ ਤਦੇ ਬੇਦੀ ਸੀ ਗੋਪਾਲ ਪਾਂਦੇ ਕੋਲ ਪੜਨ ਪਾਇਆ ਪਟਵਾਰੀ ਨੂੰ ਵੇਖ ਕੇ ਪਾਂਦਾ ਕਹਿੰਦਾ ਵੀ ਚਲੋ ਵਧੀਆ ਸਾਮੀ ਵੱਡਾ ਪਰਿਵਾਰ ਆਇਆ ਤੇ ਮਾਇਆ ਦਾ ਗੱਫਾ ਵੀ ਖੁੱਲਾ ਮਿਲੇਗਾ ਉਦੋਂ ਉਹ ਅੱਜ ਵਾਂਗੂ ਨਹੀਂ ਸੀ ਹੁੰਦੀ ਵੀ ਟਿਵੀਸ਼ਨ ਫੀਸ ਪੱਕੀ ਹੋਣੀ ਜਿੰਨੇ ਕਿਸੇ ਨੇ ਕੋਈ ਮਾਇਆ ਦੇ ਜਾਣੀ ਪਾਦਿਆਂ ਨੇ ਲੈ ਕੇ ਉਹਦੇ ਰੋਣ ਗੁਜ਼ਾਰਾ ਕਰ ਲੈਣਾ ਅੱਜ ਕੱਲ ਤਾਂ ਵਪਾਰ ਚੱਲਦਾ ਨਾ ਦੋ ਚੀਜ਼ਾਂ ਦਾ ਵਪਾਰ ਜਿਹੜੇ ਦੇਸ਼ ਵਿੱਚ ਹੋਏਗਾ ਨਾ ਦੋ ਚੀਜ਼ਾਂ ਦਾ ਉਹ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦੇ ਜਿਹੜੇ ਦੇਸ਼ ਵਿੱਚ ਦੋ ਚੀਜ਼ਾਂ ਵਪਾਰ ਬਣ ਜਾਣ ਉਹ ਦੇਸ਼ ਗਰਕ ਹੀ ਹੁੰਦੇ ਆ ਕਿਹੜੀਆਂ ਦੋ ਚੀਜ਼ਾਂ ਇੱਕ ਵਿੱਦਿਆ ਦੂਜਾ ਜਿਹੜੀ ਮੈਡੀਕਲ ਫੈਸਿਲਿਟੀ ਹੈ ਸੇਤ ਇਹ ਦੋ ਚੀਜ਼ਾਂ ਜਿਸ ਦੇਸ਼ ਦੇ ਵਿੱਚ ਵਪਾਰ ਦੇ ਤੌਰ ਤੇ ਵਰਤੀਆਂ ਜਾਂਦੀਆਂ ਉਹ ਦੇਸ਼ ਕਾਮਯਾਬ ਨਹੀਂ ਗਏ ਉਹ ਤਰੱਕੀ ਨਹੀਂ ਕਰ ਸਕਦੇ ਅੱਜ ਅਸੀਂ ਆਪਣੇ ਦੇਸ਼ ਦੀ ਗੱਲ ਕਰੀ ਇੱਥੇ ਵਿੱਦਿਆ ਵੀ ਤੜੱਲੇ ਦਾ ਵਪਾਰ ਹੁੰਦਾ ਹੈ ਆਪ ਹੁਦਰੀਆਂ ਕਰਦੇ ਸਕੂਲਾਂ ਵਾਲੇ ਜਬਰੇ ਕਹਿੰਦੇ ਆ ਨਾ ਵੀ ਆ ਵੀ ਕੰਮ ਇਦਾਂ ਜੀ ਤੁਹਾਨੂੰ ਇਹ ਵੀ ਫੀਸ ਦੇਣੀ ਪਊ ਆ ਵੀ ਦੇਣੀ ਪਊ ਮਾਂ ਬਾਪ ਵਿਚਾਰੇ ਕੋਟਾਂ 'ਚ ਟੁਰੇ ਫਿਰਦੇ ਆ ਕੋਈ ਨਹੀਂ ਸੁਣਵਾਈ ਤੇ ਮੈਡੀਕਲ ਤੁਸੀਂ ਹਾਲਾਤ ਵੇਖ ਹੀ ਲੋ ਹਸਪਤਾਲਾਂ ਦੇ ਜਦੋਂ ਤੱਕ ਡੈਕਸ ਤੇ ਪੈਸੇ ਨਹੀਂ ਜਮ੍ਹਾਂ ਹੁੰਦੇ ਉਦੋਂ ਤੱਕ ਉਹ ਮਰੀਜ਼ ਦਾ ਇਲਾਜ ਨਹੀਂ ਕਰਦੇ ਤੇ ਜਦੋਂ ਸਰਕਾਰੀ ਹਸਪਤਾਲਾਂ ਦੇ ਹਾਲਾਤ ਵੇਖੀਏ ਤੇ ਉੱਥੇ ਤੁਸੀਂ ਵੇਖਦੇ ਹੀ ਆਪਾਂ ਵਰਤਦੇ ਆ ਮੈਂ ਉਹ ਬਹੁਤੀਆਂ ਗੱਲਾਂ ਨਾ ਕਵਾਂ ਪਰ ਪੁਰਾਣੇ ਸਮੇਂ ਇਦਾਂ ਨਹੀਂ ਸੀ ਸਾਡਾ ਦੇਸ਼ ਜਿਹੜੇ ਵੈਦ ਸੀ ਉਹ ਵੀ ਪਰਉਪਕਾਰੀ ਬਿਰਤੀ ਰੱਖਦੇ ਸੀ ਵੈਦ ਕਰਦੇ ਸੀ ਪੜਾਉਣ ਵਾਲੇ ਜਿਹੜੇ ਸਨ ਉਹ ਲਾਲਚੀ ਨਹੀਂ ਸਨ ਜਿਵੇਂ ਕੋਈ ਜਿੰਨਾ ਦੇ ਜਾਏ ਉਹਨੇ ਦੇ ਨਾਲ ਉਹ ਸਬਰ ਕਰ ਲਿਆ ਉਹਨੇ ਸੋਚਿਆ ਵੀ ਚਲੋ ਮਾੜੀ-ਮੋਟੀ ਆਸ ਤਾਂ ਹੁੰਦੀ ਸੀ ਉਹਨਾਂ ਨੂੰ ਵੀ ਵੱਡੇ ਪਰਿਵਾਰ ਤੋਂ ਆਇਆ ਤੇ ਜਦੋਂ ਇਹ ਪੜਾਵਾਂਗਾ ਮੈਂ ਇਹਨਾਂ ਨੂੰ ਤੇ ਮਾਇਆ ਵੀ ਮਿਲੇਗੀ ਚੰਗੀ ਪਹਿਲੇ ਦਿਨ ਸਤਗੁਰਾਂ ਨੂੰ ਛੱਡ ਗਏ ਮਹਾਰਾਜ ਜੀ ਪਹਿਲੇ ਦਿਨ ਤਾਂ ਪੜਦੇ ਰਹੇ ਅਗਲੇ ਦਿਨ ਫੇਰ ਜਦੋਂ ਆਏ ਨਾ ਪਿਤਾ ਜੀ ਛੱਡਣ ਤੇ ਅਗਲੇ ਦਿਨ ਪੰਧਾ ਕਹੇ ਪੜੋ ਤੇ ਗਰੀਬਨਵਾਜ਼ ਪਾਤਸ਼ਾਹ ਜੀ ਕਹਿੰਦੇ ਪੰਧਾ ਜੀ ਉਹ ਇਹੋ ਜੀ ਪੜ੍ਹਾਈ ਪੜ੍ਹਾਓ ਕੋਈ ਇਹੋ ਜਿਹਾ ਲੇਖਾ ਸਿਖਾਓ ਵੀ ਜਿਹਨੂੰ ਸਿੱਖ ਕੇ ਤੇ ਉਥੇ ਲੇਖਾ ਨਾ ਦੇਣਾ ਪਏ ਜਿਹਨੂੰ ਪੜ੍ਹ ਕੇ ਲੋਕ ਪਰ ਲੋਕ ਸਫਲ ਹੋ ਜੇ ਆਂਦਾ ਬੜਾ ਹੈਰਾਨ ਵੀ ਇਦਾਂ ਦੀ ਪੜ੍ਹਾਈ ਤਾਂ ਮੈਂ ਨਹੀਂ ਪੜ੍ਹਾ ਸਕਦਾ ਕਹਿੰਦਾ ਜੀ ਉਹ ਕਿਹੜੀ ਪੜ੍ਹਾਈ ਹੁੰਦੀ ਹੈ ਜਿਹਦੇ ਨਾਲ ਲੇਖਾ ਮੁੱਕ ਜਾਂਦਾ ਗੁਰਦੇਵ ਨੇ ਗੋਪਾਲ ਪਾਂਦੇ ਨੂੰ ਉਪਦੇਸ਼ ਦਿੰਦਿਆਂ ਜਿਹੜਾ ਸਭ ਤੋਂ ਪਹਿਲਾ ਸ਼ਬਦ ਆਪਣੀ ਰਸਨਾ ਤੋਂ ਉਚਾਰਨ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਪਾਤਸ਼ਾਹ ਨੇ ਬਚਨ ਉਚਾਰੇ ਸੀ ਉੱਥੇ ਪਾਂਦੇ ਨੂੰ ਉਪਦੇਸ਼ ਦਿੰਦਿਆਂ। ਗੁਰਦੇਵ ਨੇ ਬਚਨ ਕਹੇ ਝਾਲ ਮੋਹ। ਕਸਮਾਸ ਕਰ। ਮਤ ਕਾਗਦ ਕਰ ਸਾਰ। ਔ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲੇਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰ ਆਵਾਰ ਜਾਲ ਮੋਹ ਕਸਮਸ ਕਰ ਲਿਖਣ ਲਈ ਪਹਿਲਾਂ ਸ਼ਾਈ ਚਾਹੀਦੀ ਹੈ ਨਾ ਪਾਤਸ਼ਾਹ ਕਹਿੰਦੇ ਪੰਡਾ ਜੀ ਸਭ ਤੋਂ ਵੱਡੀ ਬਲਾ ਆ ਮੋਹ ਮਮਤਾ ਪੰਜਾਂ ਵਿਕਾਰਾਂ ਚੋਂ ਸਭ ਤੋਂ ਪ੍ਰਭਲ ਵਿਕਾਰ ਮੋਹ ਹੈ ਜਿਹਨੂੰ ਅਸੀਂ ਸਮਝਦੇ ਆਂ ਵੀ ਇਹ ਕੋਈ ਬਹੁਤਾ ਬਲੀ ਨਹੀਂ ਹੈ ਕਾਮ ਨੂੰ ਅਸੀਂ ਜ਼ਿਆਦਾ ਬਲੀ ਸਮਝਦੇ ਆਂ ਕ੍ਰੋਧ ਨੂੰ ਬਲੀ ਸਮਝਦੇ ਆਂ ਪਰ ਪੰਜਾਂ ਵਿਕਾਰਾਂ ਚੋਂ ਸਭ ਤੋਂ ਵੱਧ ਬਲਵਾਨ ਹੈ ਮੋਹ ਮੋਹ ਦੇ ਅੰਡਰ ਨੇ ਸਾਰੇ ਮੋਹ ਇਹਨਾਂ ਸਾਰੇ ਵਿਕਾਰਾਂ ਦਾ ਰਾਜਾ ਹੈ ਕਾਮ ਦਾ, ਕ੍ਰੋਧ ਦਾ, ਲੋਭ ਦਾ, ਹੰਕਾਰ ਦਾ ਮੋਹ ਇਹਨਾਂ ਦਾ ਰਾਜਾ ਹੈ ਇਹ ਸਾਰੇ ਇਹਦੇ ਅਧੀਨ ਨੇ ਮੋਹ ਬਹੁਤ ਪ੍ਰਭਲ ਹੁੰਦਾ ਮੋਹ ਹੀ ਅਸਲ ਵਿੱਚ ਦੁੱਖ ਦਾ ਕਾਰਨ ਹੈ ਸਾਡੀ ਕਿਸੇ ਚੀਜ਼ ਨਾਲ ਮਮਤਾ ਹੋਵੇ, ਉਹਨੂੰ ਕੋਈ ਤਕਲੀਫ ਹੋਵੇ ਸਾਡਾ ਮਨ ਦੁਖੀ ਹੁੰਦਾ ਕਿ ਨਹੀਂ ਹੁੰਦਾ ਤੇ ਪੁੱਤਾਂ ਨਾਲ ਸਾਡਾ ਮੋਹ ਹੁੰਦਾ ਹੈ। ਮਾੜੀ-ਮੋਟੀ ਉਹਨਾਂ ਨੂੰ ਕੋਈ ਚੋਟ ਲੱਗ ਜੇ ਜਾਂ ਕਿਸੇ ਤਰ੍ਹਾਂ ਦਾ ਕੋਈ ਪੀੜਾ ਹੋਵੇ ਸਾਡਾ ਮਨ ਦੁਖੀ ਹੋ ਜਾਂਦਾ ਕਿਉਂਕਿ ਮੋਹ ਹੈ। ਮੋਹ ਦੁੱਖ ਦਾ ਕਾਰਨ ਹੈ। ਤੁਹਾਡੀ ਕਿਸੇ ਜਗ੍ਹਾ ਨਾਲ ਮੋਹ-ਮਮਤਾ ਦੀ ਬਿਰਤੀ ਹੋਵੇ ਸਕੂਟਰ ਨਾਲ, ਸਾਈਕਲ ਨਾਲ, ਕਾਰ ਨਾਲ ਵੀ ਮੋਹ ਹੋ ਜਾਏ। ਮਾੜੀ-ਮੋਟੀ ਵੀ ਚੇਂਟ ਲੱਗੇ ਮਨ ਨੂੰ ਦੁੱਖ ਲੱਗਦਾ। ਕਿ ਮੋਰ ਹੈ ਮੋਰੀ ਦੁੱਖ ਦਾ ਸੈਂਕੜੇ ਬੰਦੇ ਰੋਜ਼ ਮਰਦੇ ਐ ਸੈਂਕੜਿਆਂ ਦੇ ਰੋਜ਼ ਅਸੀਂ ਵੇਖਦੇ ਆਂ ਦੁਖੀਆਂ ਨੂੰ ਕਦੇ ਮਨ ਨੂੰ ਦੁੱਖ ਨਹੀਂ ਹੋਇਆ ਪਰ ਜਦੋਂ ਕਿਸੇ ਆਪਣੇ ਨੂੰ ਤਕਲੀਫ ਹੋਵੇ ਦੁੱਖ ਹੁੰਦਾ ਨਾ ਕਿਉਂਕਿ ਉਹਦੇ ਰਿਲ ਬੋਹ ਹੈ ਇੱਕ ਘਰ ਨੂੰ ਅੱਗ ਲੱਗੀ ਘਰ ਵੀ ਸ਼ੇਠ ਦਾ ਸ਼ਾਹੂਕਾਰ ਦਾ ਸੀ ਅੱਗ ਲੱਗੀ ਬੜਾ ਖੁਸ਼ ਤੇ ਖੁਸ਼ ਹੋ ਕੇ ਕਹੇ ਵੀ ਚੰਗਾ ਹੋਇਆ ਕਿ ਮੇਰਾ ਮੈਂ ਕੱਲ ਹੀ ਹਾਲੇ ਇਹ ਵੇਚਿਆ ਵੀ ਜੇ ਮੇਰਾ ਹੁੰਦਾ ਤੇ ਮੈਨੂੰ ਦੁੱਖ ਹੋਣਾ ਸੀ। ਵੀ ਚਲੋ ਸ਼ੁਕਰ ਹੈ ਵੀ ਬਾਅਦ ਚ ਲੱਗੀ ਅੱਗ ਵੀ ਪਹਿਲਾਂ ਵੇਖ ਗਿਆ। ਇਹਨੇ ਨੂੰ ਪੁੱਤਰ ਆ ਗਿਆ ਕਹਿਣ ਲੱਗਾ ਪਿਤਾ ਜੀ ਇਹ ਸੌਦਾ ਕੈਨਸਲ ਹੋ ਗਿਆ ਸੀ ਵਿਖਿਆ ਕੋਈ ਨਹੀਂ ਆਪਣਾ ਹੀ ਮੁੜ ਕੇ ਤਹਾ ਮਾਰ ਕੇ ਰੋਣ ਲੱਗ ਪਿਆ ਘਰ ਵੀ ਹੋਈ ਐ ਬੰਦਾ ਵੀ ਉਹ ਖੜਾ ਇਕਦਮ ਪ੍ਰਸਥਿਤੀ ਚੇਂਜ ਹੋਈ ਜਦੋਂ ਵੇਖਿਆ ਵੀ ਸਾਡਾ ਹੀ ਐ ਵਿਕਿਆ ਕੋਈ ਨਹੀਂ ਰੋਣ ਲੱਗ ਪਿਆ ਵੀ ਘਰ ਨੂੰ ਅੱਗ ਲੱਗ ਗਈ ਕਿਉਂਕਿ ਉਸੇ ਵੇਲੇ ਉਹ ਜਾਗ ਪਿਆ ਵੀ ਮੇਰਾ ਸੀ ਬੋ ਨੂੰ ਸਾੜ ਕੇ ਆਹਾ ਜਦੋਂ ਬਾਜਾਂ ਵਾਲੇ ਕਲਗੀਧਰ ਦਾ ਇਤਿਹਾਸ ਪੜ੍ਹੀਏ ਚਾਰੇ ਬੱਚੇ ਸ਼ਹੀਦ ਹੋ ਗਏ ਤੇ ਭਾਈ ਦਇਆ ਸਿੰਘ ਹੁਣਾਂ ਨੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਮਨ ਨੂੰ ਦੁੱਖ ਨਹੀਂ ਹੋਇਆ ਪੀੜਾ ਨਹੀਂ ਹੋਈ ਤੇ ਗੁਰਦੇਵ ਕਹਿੰਦੇ ਲਕੀਰਾਂ ਖਿੱਚੋ ਜ਼ਮੀਨ ਤੇ ਸਿੰਘਾਂ ਲਕੀਰ ਖਿੱਚੀ ਮਹਾਰਾਜ ਕਹਿੰਦੇ ਮਿਟਾ ਦਿਓ ਮਿਟਾ ਦਿੱਤੀ ਮਹਾਰਾਜ ਕਹਿੰਦੇ ਜਦੋਂ ਲਕੀਰ ਖਿੱਚੀ ਖੁਸ਼ੀ ਖੁਸ਼ੀ ਹੋਈ ਕਹਿੰਦੇ ਜੀ ਨਹੀਂ ਕਹਿੰਦੇ ਜਦੋਂ ਲਕੀਰ ਮਿਟਾਈ ਤੇ ਦੁੱਖ ਹੋਇਆ ਕਹਿੰਦੇ ਮਹਾਰਾਜ ਲਕੀਰਾਂ ਖਿੱਚਣ ਤੇ ਮਟਾਉਣ ਨਾਲ ਕੀ ਖੁਸ਼ੀ ਤੇ ਕੀ ਦੁੱਖ ਮਹਾਰਾਜ ਕਹਿੰਦੇ ਇਦਾਂ ਹੀ ਪਰਮੇਸ਼ਰ ਨੇ ਜਦੋਂ ਸਾਨੂੰ ਚਾਰ ਪੁੱਤ ਦਿੱਤੇ ਖੁਸ਼ੀ ਨਹੀਂ ਹੋਈ ਜੇ ਚਾਰਾਂ ਨੇ ਸ਼ੀਧੀਆਂ ਪ੍ਰਾਪਤ ਕੀਤੀਆਂ ਤੇ ਦੁੱਖ ਵੀ ਨਹੀਂ ਹੋਇਆ ਕਿਉਂਕਿ ਮਮਤਾ ਹੀ ਨਹੀਂ ਸੀ ਜਿਹਦੇ ਸੀ ਉਹਨੇ ਲੈ ਲਏ ਮੋਹ ਹੀ ਨਹੀਂ ਹੈ ਜਿਸ ਦਾ ਸੀ ਉਹ ਦੇ ਕੋਲ ਚਲਾ ਗਿਆ ਫਿਰ ਕਾਹਦਾ ਮੋਹ ਕਾਦੀ ਮਮਤਾ ਮੋਹੀ ਦੁੱਖ ਦਾ ਮੂਲ ਤਹ ਕਾਰਨ ਹੈ ਪਾਤਸ਼ਾਹ ਕਹਿੰਦੇ ਮੋਹ ਨੂੰ ਸਾੜ ਦਿਓ ਜਾਲ ਮੋਹ ਜਾਲ ਦਾ ਮਤਲਬ ਨਾ ਸਾੜਨਾ ਜਲਾਣਾ ਮੋਹ ਸਾੜ ਕੇ ਕਾਸਮਾਸਕਾਰ ਉਹਨੂੰ ਕਸਾ ਕੇ ਪ੍ਰਾਣੇ ਸਮਿਆਂ ਚ ਜਿਹੜੀ ਸ਼ਾਈ ਬਣਦੀ ਸੀ ਨਾ ਉਹ ਅੱਗ ਜਦੋਂ ਬਾਲ ਦੇ ਬੱਤੀ ਬਲਦੇ ਉੱਤੇ ਕਾਲਖ ਜੀ ਇਕੱਠੀ ਹੋ ਜਾਂਦੀ ਉਹਨੂੰ ਕਸ ਕੇ ਉਹਦੇ ਚ ਬਦਾਮਾਂ ਦੇ ਕਿਕਰਾਂ ਦੇ ਸਾਕਾਦਕ ਪਾ ਕੇ ਘਸ ਘਸ ਕੇ ਸ਼ਾਈ ਬਣਾਉਂਦੇ ਸੀ ਮਹਾਰਾਜ ਜੀ ਕਹਿੰਦੇ ਇਹਨੂੰ ਘਸ ਕੇ ਮੋਹ ਨੂੰ ਫਿਰ ਇਹਦੀ ਸ਼ਾਈ ਬਣਾਓ ਇਹਨੂੰ ਸਾੜ ਕੇ ਜਦੋਂ ਸ਼ਾਈ ਬਣ ਜਾਏ ਫਿਰ ਕਾਗਜ਼ ਚਾਹੀਦਾ ਹੈ ਪੜਨ ਵਾਸਤੇ ਲਿਖਣ ਵਾਸਤੇ ਕਾਗਜ਼ ਵੀ ਚਾਹੀਦਾ ਕਹਿੰਦੇ ਮਤ ਕਾਗਜ਼ ਕਰ ਸਾਰ ਆਪਣੀ ਜਿਹੜੀ ਅਕਲ ਹੈ ਮਤ ਹੈ ਇਹਨੂੰ ਕਾਗਜ਼ ਬਣਾਓ ਮਤ ਕਾਗਜ਼ ਕਰ ਸਾਰ ਮਤ ਨੂੰ ਕਾਗਜ਼ ਬਣਾਣਾ ਸ਼੍ਰੇਸ਼ਟ ਕਾਗਜ਼ ਸਾਫ਼ ਉਤੇ ਆਲ-ਬਾੜ ਨਾ ਲਿਖਿਆ ਹੋਵੇ ਕਾਗਜ਼ ਤੇ ਪਹਿਲਾਂ ਹੀ ਸਾਰਾ ਕੁਝ ਲਿਖਿਆ ਹੋਵੇ ਮੁੜ ਕੇ ਉਤੇ ਲਿਖਿਆ ਨਹੀਂ ਜਾਣਾ ਸਾਰ ਕਹੀਏ ਸਾਫ਼ ਕਾਗਜ਼ ਚਾਹੀਦਾ ਸ਼੍ਰੇਸ਼ਟ ਕਿ ਉਤੇ ਪਹਿਲਾਂ ਕੁਝ ਲਿਖਿਆ ਲੁਖਿਆ ਨਾ ਹੋਵੇ ਆਲ-ਬਾੜ ਨਾ ਇਕੱਠਾ ਕੀਤਾ ਹੋਵੇ ਅਸੀਂ ਆਲ-ਬਾੜ ਇਕੱਠਾ ਕਰਕੇ ਲਿਉਂਦੇ ਆ ਗੁਰੂ ਸਾਹਿਬ ਕੋਲ ਆਉਂਦੇ ਆ ਨਾ ਸਾਡੇ ਕੋਲ ਆਪਣਾ ਗਿਆਨ ਅਸੀਂ ਇਕੱਠਾ ਕੀਤਾ ਹੁੰਦਾ ਮੈਂ ਵੀ ਜਾਣਦਾ ਜੀ ਮੈਂ ਵੀ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ ਚਾਹੀਏ ਸਾਨ ਮੁਖ ਹੱਥ ਜੋੜ ਕੇ ਮਹਾਰਾਜ ਮੈਂ ਨਹੀਂ ਜੇ ਜਾਣਦਾ ਕੁਝ ਆਉਂਦਾ ਹੀ ਨਹੀਂ ਕੁਝ ਸੁਣ ਮੋ ਨਹੀਂ ਹੋ ਜਾਣੀ ਬਿਰਤੀ ਤੁਸੀਂ ਜੋ ਮੇਰੇ ਕਾਗਜ਼ ਤੇ ਲਿਖਣਾ ਲਿਖ ਦਿਓ ਮੇਰੀ ਮੱਤ ਚ ਤੁਸੀਂ ਜੋ ਲਿਖਣਾ ਉਹ ਲਿਖ ਦਿਓ ਮੈਨੂੰ ਨਹੀਂ ਜੇ ਆਉਂਦਾ ਕੁਝ ਪਰ ਅਸੀਂ ਕਹਿੰਦੇ ਸਾਨੂੰ ਤਾਂ ਸਾਰਾ ਕੁਝ ਪਤਾ ਮੈਨੂੰ ਇਹ ਵੀ ਪਤਾ ਹੈ ਜੀ ਇਹ ਵੀ ਪਤਾ ਗਿਆਨवान ਹੋ ਕੇ ਨਹੀਂ ਗੁਰੂ ਦੀ ਸ਼ਰਨ ਚ ਜਦੋਂ ਆਉਣਾ ਅਗਿਆਨੀ ਬਣ ਕੇ ਆਉਣਾ ਮਰੇ ਸਾਨੂੰ ਕੁਝ ਨਹੀਂ ਆਉਂਦਾ ਅਗਿਆਨੀ ਬਣ ਕੇ ਆਵਾਂਗੇ ਤੇ ਗਿਆਨ ਆਵੇਗਾ ਨਾ ਜੇ ਪਹਿਲਾਂ ਹੀ ਗਿਆਨੀ ਬਣ ਕੇ ਆਵਾਂਗੇ ਫਿਰ ਕਹਿੰਦੇ ਗਿਆਨੀਆਂ ਨੂੰ ਹੋਰ ਕਾਹਦੇ ਗਿਆਨ ਦੀ ਲੋੜ ਵਈ ਹਮ ਅਗਿਆਨ ਅਲਪਮਤ ਥੋੜੀ ਤੁਮ ਆਪਨ ਬਿਰਦ ਰਖਾਵੋ ਅਸੀਂ ਅਗਿਆਨੀ ਆ ਥੋੜੀ ਮਤ ਵਾਲਿਆਂ ਸਾਨੂੰ ਨਹੀਂ ਜੇ ਆਉਂਦਾ ਮਹਾਰਾਜ ਕੁਝ ਇੱਕ ਗੁਰੂ ਦੇ ਕੋਲ ਚੇਲੇ ਆਏ ਉਨੇ ਵੇਖਿਆ ਵੀ ਚਾਰ ਚੇਲੇ ਨੇ ਵੀ ਕਿਹਨੂੰ ਚੇਲਾ ਬਣਾਵਾ ਪਹਿਲਾਂ ਇਹਨਾਂ ਦੀ ਪ੍ਰੀਖਿਆ ਲੈ ਲਵਾਂ ਇੱਕ ਨੂੰ ਪੁੱਛਿਆ ਹਾਂ ਵਿਚਾਰਿਆਂ ਨੂੰ ਸਵਾਲ ਆਪੋ ਆਪਣੀ ਮਰਜ਼ੀ ਮੁਤਾਬਕ ਜਵਾਬ ਦਿਓ ਵੀ 50 ਬੰਦੇ ਇੱਕ ਔਰਤ ਇੱਕ ਸਮੁੰਦਰੀ ਜਹਾਜ਼ ਦੇ ਉੱਤੇ ਬੈਠੇ ਐ ਅਚਾਨਕ ਉਹ ਜਹਾਜ਼ ਸਮੁੰਦਰ ਦੇ ਕਿਸੇ ਟਾਪੂ ਤੇ ਲੱਗ ਗਿਆ ਨਾ ਹੁਣ ਪਾਰ ਜਾਣ ਨਾ ਵਾਪਸ ਆ ਸਕਣ ਵਾਲੇ ਹਾਲਾਤ ਬਣ ਗਏ। ਵੀ ਔਰਤ ਇਕੱਲੀ ਐ 50 ਮਰਦ ਨੇ ਉਹਨਾਂ 50 ਮਰਦਾਂ ਚ ਔਰਤ ਆਪਣਾ ਬਚਾ ਕਿਵੇਂ ਕਰੇਗੀ ਆਪਣੀ ਇੱਜ਼ਤ ਕਿਵੇਂ ਬਚਾਏਗੀ। ਇੱਕ ਨੇ ਜਵਾਬ ਦਿੱਤਾ। ਕਹਿੰਦਾ ਉਹਨਾਂ 50ਾਂ ਚੋਂ ਇੱਕ ਜਿਹੜਾ ਬਲਵਾਨ ਹੋਵੇਗਾ ਉਹਦੇ ਨਾਲ ਸ਼ਾਦੀ ਕਰ ਲੇਗੀ ਉਹ ਬਾਕੀ ਦੇ 49 ਦੋਦੀ ਵਿਚਾਰ ਰੱਖਿਆ ਕਰੇਗਾ। ਗੁਰੂ ਕਹਿਣ ਲੱਗਾ ਵੀ ਇੱਕ ਬੰਦਾ ਜਿੰਨਾ ਮਰਜ਼ੀ ਤਾਕਤਵਰ ਹੋਵੇ 49 ਬੰਦਿਆਂ ਨਾਲ ਥੋੜੀ ਲੜ ਸਕਦਾ ਤੇਰੇ ਸਵਾਲ ਦਾ ਇਹ ਜਵਾਬ ਜਿਹੜਾ ਮੈਨੂੰ ਸਹੀ ਨਹੀਂ ਲੱਗਾ ਦੂਜੇ ਨੂੰ ਪੁੱਛਿਆ ਹਾਂ ਵੀ ਤੂੰ ਦੱਸ ਕਹਿਣ ਲੱਗਾ ਵੀ ਔਰਤ ਜਿਹੜੀ ਆ ਉਹ ਛਾਲ ਮਾਰ ਕੇ ਸਮੁੰਦਰ ਚ ਆਤਮ ਹੱਤਿਆ ਕਰ ਲੇਗੀ ਕਹਿੰਦੇ ਵੀ ਆਤਮ ਹੱਤਿਆ ਕਰਨਾ ਤੇ ਸਮੱਸਿਆ ਦਾ ਸਮਾਧਾਨ ਨਹੀਂ ਨਾ ਹੁੰਦਾ ਇੱਕ ਜੇਲ੍ਹ ਚੋਂ ਦੂਜੀ ਜੇਲ੍ਹ ਚ ਚਲੇ ਗਏ ਇੱਕ ਜਨਮ ਚੋਂ ਦੂਜੇ ਜਨਮ ਤੇ ਚਲੇ ਗਏ ਸਮੱਸਿਆਵਾਂ ਤਾਂ ਫਿਰ ਰਹਿਣੀਆਂ ਨੇ ਜਦੋਂ ਤੱਕ ਜੀਵਨ ਹੈ ਜੀਵਨ ਦੇ ਵਿੱਚ ਸਮੱਸਿਆਵਾਂ ਤਾਂ ਹੋਣਗੀਆਂ ਪਰ ਆਤਮ ਹੱਤਿਆ ਕਰਨ ਦਾ ਸਮਾਧਾਨ ਨਹੀਂ ਨਾ ਹੈ ਇੱਕ ਗੱਲ ਯਾਦ ਰੱਖਿਓ ਦੁਨੀਆ ਵਿੱਚ ਜਿਹੜਾ ਬੰਦਾ ਆਤਮ ਹੱਤਿਆ ਹੋ ਕੇ ਮਰਦਾ ਹੈ ਉਹ ਆਤਮ ਹੱਤਿਆ ਬੰਨੁਖ ਬਹੁਤ ਹੀ ਭਿਆਨਕ ਵਿਕਰਾਲ ਪ੍ਰੇਤ ਦੀ ਜੁਨੀ ਚ ਜਾਂਦਾ ਹੈ ਜਿੰਨਾ ਜ਼ਿਆਦਾ ਕੋਈ ਤੜਫ ਕੇ ਮਰਦਾ ਹੈ ਆਤਮ ਹੱਤਿਆ ਦੇ ਦੁਆਰ ਉਹ ਉਨਾ ਹੀ ਜ਼ਿਆਦਾ ਭਿਆਨਕ ਪ੍ਰੇਤ ਬਣੇਗਾ ਤੁਸੀਂ ਆਖੋਗੇ ਪ੍ਰੇਤ ਜੂ ਨਹੀਂ ਹੁੰਦੀ ਹਾਂ ਗੁਰਬਾਣੀ ਕਹਿੰਦੀ ਹੈ ਹੁੰਦੀ ਹੈ ਪ੍ਰੇਤ ਜੂਨੀਆਂ ਵੀ ਨੇ ਔਰ ਬੜੀਆਂ ਭਿਆਨਕ ਹੁੰਦੀ ਪ੍ਰੇਤ ਬੜੇ ਬੜੇ ਭਿਆਨਕ ਵੀ ਹੁੰਦੇ ਪਰ ਆਮ ਕਰਕੇ ਬਹੁਤੇ ਲੋਕ ਵਹਿਮਾਂ ਭਰਮਾਂ 'ਚ ਹੁੰਦੇ ਆ ਸਿਆਣੇ ਬਾਬੇ ਲੋਕ ਉਹਨਾਂ ਦਾ ਫਾਇਦਾ ਉਠਾਉਂਦੇ ਪਰ ਜਿਹੜਾ ਧਰਮ ਗ੍ਰੰਥਾਂ ਚ ਲਿਖਿਆ ਵਚਨ ਆਉਂਦਾ ਜੋ ਮਾਹ ਪ੍ਰਖਾਂ ਦੇ ਸਾਧੂਆਂ ਦੇ ਚਿੰਤਨ ਵਿੱਚ ਹੈ ਕਿ ਜਿੰਨਾ ਜ਼ਿਆਦਾ ਕੋਈ ਤੜਫ ਕੇ ਮਰੇਗਾ ਉਨਾ ਹੀ ਜ਼ਿਆਦਾ ਪ੍ਰੇਤ ਬਣੇਗਾ ਜਿਹੜਾ ਅੱਗ ਲਾ ਕੇ ਸੜ ਕੇ ਮਰਦੇ ਆ ਕਈ ਉਹ ਸਭ ਤੋਂ ਭਿਆਨਕ ਪ੍ਰੇਤ ਜੋਨੀ ਚ ਚਲੇ ਜਾਂਦੇ ਮਰਨ ਵੇਲੇ ਜੰਨੀ ਤੜਫ ਕੇ ਉਹਨਾਂ ਦੀ ਜਿੰਦ ਨਿਕਲੇਗੀ ਪਾਣੀ ਚ ਜਾ ਕੇ ਡੁੱਬ ਕੇ ਕੋਈ ਫਾ ਲੈ ਕੇ ਤੜਫ ਕੇ ਮਰਦਾ ਤੋ ਬੜੇ ਭਿਆਨ ਕਿਸੇ ਕਰਕੇ ਗੁਰਬਾਣੀ ਨੇ ਆਤਮ ਹੱਤਿ ਜਗਤ ਕਸਾਈ ਕਿਆ ਉਹ ਕਹਿੰਦੇ ਆਤਮ ਹੱਤਿਆ ਕਰਨਾ ਕੋਈ ਸਮਾਧਾਨ ਥੋੜੀ ਐ ਵੀ ਜੋ ਔਰਤ ਛਾਲ ਮਾਰ ਕੇ ਮਰ ਜੇ ਪਾਣੀ ਚ ਇਹ ਕਾਦੀ ਸਮੱਸਿਆ ਸਮਾਧਾਨ ਥੋੜੀ ਐ ਨਹੀਂ ਇਸੇ ਤਰ੍ਹਾਂ ਫਿਰ ਇੱਕ ਨੂੰ ਪੁੱਛਿਆ ਹਾਂ ਚੇਲਾ ਤੀਜਾ ਉਹ ਕਹਿੰਦਾ ਹੱਥ ਜੋੜ ਕੇ ਮਹਾਰਾਜ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਤੁਹਾਡੀ ਸ਼ਰਣ ਚ ਕਿਉਂ ਆਉਂਦਾ ਇਹ ਹੀ ਕੁਝ ਤਾਂ ਪਤਾ ਕਰਨਾ ਵੀ ਮੈਨੂੰ ਗਿਆਨ ਦਿਓ ਬਾਕੀ ਦੂਹਾਂ ਨੂੰ ਤੋੜ ਦਿੱਤਾ ਕਹਿੰਦੇ ਤੁਸੀਂ ਤਾਂ ਪਹਿਲਾਂ ਹੀ ਗਿਆਨ ਲੈ ਕੇ ਆਏ ਹੋ ਗਿਆਨੀਓ ਇਸ ਬੰਦੇ ਨੂੰ ਲੋੜ ਹੈ ਮੇਰੀ ਉਹਨੂੰ ਆਪਣੀ ਸ਼ਰਣ ਚ ਰੱਖ ਲਿਆ ਇਹ ਸਾਖੀ ਉਦਾਹਰਣ ਵਜੋਂ ਮੈਂ ਸੁਣਾਈ ਹੈ ਵੀ ਜੇ ਸਾਡੇ ਕੋਲ ਪਹਿਲਾਂ ਹੀ ਸਾਰਾ ਕੁਝ ਜਵਾਬ ਹੈਨ ਤੇ ਫਿਰ ਗੁਰੂ ਦੀ ਕੀ ਲੋੜ ਹੈ ਗੁਰੂ ਸਾਹਿਬ ਕੋਲੋਂ ਤਾਂ ਸਵਾਲਾਂ ਦੇ ਜਵਾਬ ਅਸੀਂ ਲੈਣੇ ਆ ਮਹਾਰਾਜ ਤੁਸੀਂ ਸਾਨੂੰ ਮਤ ਕਾਗਜ਼ ਕਰ ਸਾਰ ਜਿਹੜੀ ਮਤ ਹੈ ਉਹਨੂੰ ਸਾਫ਼ ਕਾਗਜ਼ ਲੈ ਕੇ ਆਉਣਾ ਕੋਰੇ ਕਾਗਜ਼ ਤੇ ਜਦੋਂ ਲਿਖੋਗੇ ਇੱਕ ਹੋਰ ਉਦਾਹਰਣ ਕਹਿੰਦੇ ਇੱਕ ਤਬਲਾਵਾਦਕ ਬੜਾ ਪ੍ਰਸਿੱਧ ਉਹਦੇ ਕੋਲ ਦੋ ਤਬਲਾ ਬੰਦੇ ਸਿੱਖਣ ਗਏ ਇੱਕ ਬਿਲਕੁਲ ਨਵਾਂ ਸੀ ਇੱਕ ਨੇ ਪਹਿਲਾਂ 5-7 ਸਾਲ ਸਿੱਖਿਆ ਸੀ ਉਹ ਤਬਲਾਵਾਦਕ ਨੇ ਦੋਨਾਂ ਨੂੰ ਸੁਣਿਆ ਜਿਹੜਾ ਪਹਿਲਾਂ ਸਿੱਖਿਆ ਹੋਇਆ ਸੀ ਉਹਨੂੰ ਕਹਿੰਦਾ ਵੀ ਤੇਰੇ ਕੋਲੋਂ ਟਿਊਸ਼ਨ ਫੀਸ ਲਵਾਂ 10000 ਰੁਪਈਆ ਉਰ ਤੈਨੂੰ ਸਿਖਾਵਾਂਗਾ ਘਟੋ ਘਟ ਪੰਜ ਸਾਲ ਲੱਗਣਗੇ ਸਿੱਖਣ ਦੇ ਦੂਜੇ ਨੂੰ ਜਿਹੜਾ ਬਿਲਕੁਲ ਹੀ ਹਾਲੇ ਨਵਾਂ ਸਿੱਖਣ ਗਿਆ ਸੀ ਉਹਨੂੰ ਕਿਹਾ ਵੀ ਤੇਰੇ ਕੋਲੋਂ ਟਿਊਸ਼ਨ ਫੀਸ ਲਵਾਂਗਾ 5000 ਤੇ ਤੈਨੂੰ ਤਕਰੀਬਨ 2 2.5 ਸਾਲ ਚ ਸਿਖਾ ਦੂੰ ਉਹ ਜਿਹੜਾ ਸਿੱਖ ਕੇ ਆਇਆ ਸੀ ਪਹਿਲਾਂ ਉਹ ਕਹਿੰਦਾ ਮਹਾਰਾਜ ਉਸਤਾਦ ਜੀ ਵੀ ਇਹ ੱਤਕਾ ਨਹੀਂ ਪਿਆ ਕਰਦੇ ਵੀ ਇਹਦਾ ਕੁਝ ਵੀ ਨਹੀਂ ਆਉਂਦਾ ਇਹਨੂੰ ਇਹਦੇ ਕੋਲੋਂ ਟਿਊਸ਼ਨ ਵੀ ਘਟ ਟਾਈਮ ਵੀ ਘਟ ਤੇ ਮੇਰੇ ਕੋਲੋਂ ਟਿਊਸ਼ਨ ਫੀਸ ਵੀ ਵੱਧ ਦੁੱਗਣੀ ਤੇ ਟਾਈਮ ਵੀ ਦੁੱਗਣ ਵੀ ਇਹ ਕਿਉਂ ਉਹ ਕਹਿਣ ਲੱਗੇ ਵੀ ਇਹਨੂੰ ਜੋ ਮੈਂ ਸਿਖਾਣਾ ਇਹਨੇ ਸਿੱਖ ਜਾਣਾ ਕਿਉਂਕਿ ਪਹਿਲਾਂ ਸਿੱਖਿਆ ਨਹੀਂ ਕਿਤੇ ਤੂੰ ਜਿੰਨਾ ਹੁਣ ਤਾਂ ਹੀ ਸਿੱਖਿਆ ਗਲਤੀ ਸਿੱਖਿਆ ਪਹਿਲਾਂ 2 ਸਾਲ ਤਾਂ ਤੇਰਾ ਉਹ ਗਲਤ ਠਿਕੁਲਾਣ ਤੇ ਲਾਣਾ ਫਿਰ 2 ਸਾਲ 2.5 ਸਾਲ ਦਮਾਂ ਸਿਖਾਣ ਤੇ ਲਾਣਾ ਇਸ ਕਰਕੇ ਤੇਰੇ ਤੇ ਮਿਹਨਤ ਵੀ ਦੁੱਗਣੀ ਹੋਣੀ ਫੀਸ ਵੀ ਦੁੱਗਣੀ ਤਾਂ ਕਹੀ ਹੈ ਤੈਨੂੰ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣਾ ਕੋਰਾ ਕਾਗਜ਼ ਬਣ ਕੇ ਮਹਾਰਾਜ ਤੁਸੀਂ ਲਿਖੋ ਜੋ ਲਿਖਣਾ ਮਤ ਕਾਗਜ਼ ਕਰਸਾਰ ਫਿਰ ਕਹਿੰਦੇ ਕਾਗਜ਼ ਬਣ ਗਿਆ ਫਿਰ ਕਲਮ ਚਾਹੀਦੀ ਆ ਪਾਓ ਕਲਮ ਪ੍ਰੇਮ ਦੀ ਕਲਮ ਪੰਦਾ ਜੀ ਇਹਨੂੰ ਲਿਖਣ ਲਈ ਪ੍ਰੇਮ ਦੀ ਕਲਮ ਚਾਹੀਦੀ ਆ ਪ੍ਰੇਮ ਸੱਚ ਕਹੋ ਸੁਣ ਲਿਖੋ ਸਭ ਜਿੰਨ ਪ੍ਰੇਮ ਕੀਓ ਇਨਹੀ ਪ੍ਰਭ ਪਾਇਓ ਬਿਨਾ ਪ੍ਰੇਮ ਤੋਂ ਗੱਲ ਨਹੀਂ ਬਣਨੀ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਪ ਬਾਣੀ ਚ ਕਹਿੰਦੇ ਐ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਪਰਮੇਸ਼ਰ ਪ੍ਰੇਮ ਰੂਪ ਹੋ ਕੇ ਫੈਲਿਆ ਜੇ ਉਹਨੂੰ ਮਿਲਣਾ ਚਾਹੁੰਦੇ ਤੇ ਪ੍ਰੇਮ ਮਈ ਹੋ ਜਾ ਆਖੋ ਸਤਨਾਮ ਸ੍ਰੀ ਉਹ ਸਾਰਿਆਂ ਵਿੱਚ ਪ੍ਰੇਮ ਰੂਪ ਹੋ ਕੇ ਫੈਲਿਆ ਹੋਇਆ ਤੇ ਜੇ ਉਹਨੂੰ ਮਿਲਣਾ ਤੇ ਹਿਰਦੇ 'ਚ ਪ੍ਰੇਮ ਜਗਾਓ ਇੱਕ ਦੂਜੇ ਪ੍ਰਤੀ ਖਾਣਕ ਨੂੰ ਨਾ ਪਾਓ ਜਣੇ ਖਣੇ ਨੂੰ ਪ੍ਰੇਮ ਭਾਵ ਨਾਲ ਜਿੰਨਾ ਪ੍ਰੇਮ ਭਾਵ ਹਿਰਦੇ 'ਚ ਜਾਗਰ ਕਰੋਗੇ ਪਰਮੇਸ਼ਰ ਨੂੰ ਨਹੀਂ ਆਪਣੇ ਸਮੀਬ ਪਾਓਗੇ ਨੇੜੇ ਪਾਓਗੇ ਕਹਿੰਦੇ ਪਾਓ ਕਲਮ ਪ੍ਰੇਮ ਦੀ ਕਲਮ ਪ੍ਰੇਮ ਦੀ ਬਰਕਤ ਬੜੀ ਉੱਚੀ ਹੈ ਪ੍ਰੇਮ ਦੀ ਖੇੜ ਬੜੀ ਉੱਚੀ ਹੈ ਤੋਂ ਪ੍ਰੇਮ ਕਰਨ ਵਾਲੇ ਹੀ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰਦੇ ਹੈ ਉਹਾ ਪ੍ਰੇਮ ਪਰੀ ਪਰਮੇਸ਼ਰ ਪ੍ਰੇਮ ਦਾ ਸਰੂਪ ਹੈ ਉਹ ਨਿਹੋ ਨਵੇਲਾ ਉਹਦਾ ਪ੍ਰੇਮ ਨਿਤ ਨਵਾਂ ਆਖੋ ਸਤਨਾਮ ਸ੍ਰੀ ਦੁਨੀਆ ਦੇ ਕਿਸੇ ਬੰਦੇ ਨਾਲ ਤੁਹਾਡੀ ਪ੍ਰੀਤ ਹੋਵੇ ਪ੍ਰੇਮ ਹੋਵੇ ਸਮਾਪਾਕ ਘਟਦੀ ਜਾਂਦੀ ਹੈ ਸਮਾਪਾਕ ਕਿਸੇ ਵਿਰਲੇ ਸੱਜਣ ਨਾਲ ਤੁਹਾਡਾ ਪ੍ਰੇਮ ਲੰਮਾ ਨਿਭ ਜੇ ਤਾਂ ਨਿਭ ਜੇ ਨਹੀਂ ਤਾਂ ਤੁਸੀਂ ਆਪਣੇ ਜੀਵਨ 'ਚ ਝਾਤੀ ਮਾਰੋ ਕਿਛੇ ਪਿਛੇ 10 20 30 ਸਾਲ ਪਹਿਲਾਂ ਕਿੰਨੇ ਕੁ ਪ੍ਰੇਮ 'ਚ ਸਾਡੇ ਜਿਨ੍ਹਾਂ ਨਾਲ ਪ੍ਰੀਤ ਸੀ ਕਿੰਨੇ ਕੁ ਛੁੱਟਦੇ ਚਲੇ ਗਏ ਕਿੰਨੇ ਕੁ ਅੱਗੇ ਨਵੇਂ ਜੁੜਦੇ ਚਲੇ ਗਏ ਤੇ ਉਹ ਪ੍ਰੇਮ ਘਟ ਜਾਂਦਾ ਇੱਕੋ ਜਾਂ ਨਹੀਂ ਰਹਿੰਦਾ ਪਰ ਗੁਰੂ ਪਾਤਸ਼ਾਹ ਦਾ ਜਿਹੜਾ ਪ੍ਰੇਮ ਹੈ ਪਰਮੇਸ਼ਰ ਦਾ ਉਹ ਨਿਤ ਨਵਾਂ ਹੈ ਅੱਜ ਜਿੰਨੇ ਚਾਹ ਨਾਲ ਤੁਸੀਂ ਗੁਰੂ ਘਰ ਆਏ ਹੋ ਕੱਲ ਨੂੰ ਹੋਰ ਦੁੱਗਣੇ ਚਾਹ ਨਾਲ ਆਓਗੇ ਪਰसों ਹੋਰ ਦੁੱਗਣੇ ਚਾ ਨਾਲ ਅੱਜ ਅਮਰਤ ਵੇਲੇ ਉੱਠ ਕੇ ਜਿੰਨੇ ਚਾ ਨਾਲ ਬਾਣੀ ਪੜੋਗੇ ਅਗਲੇ ਦਿਨ ਹੋਰ ਪ੍ਰੇਮ ਨਾਲ ਉਨੇ ਹੀ ਚਾ ਨਾਲ ਪੜੋਗੇ ਕਿਉਂਕਿ ਉਹਦਾ ਨੇ ਉਹਦਾ ਪ੍ਰੇਮ ਨੇਤੀ ਨਵੇਂ ਤੇ ਇਹਦੀ ਹੱਦ ਕੋਈ ਨਹੀਂ ਕਿੱਥੇ ਤੱਕ ਹੈ ਇਹਦੀ ਕੋਈ ਸੀਮਾ ਨਹੀਂ ਹੈ ਪਰੇ ਤੋਂ ਪਰੇ ਹੈ ਪ੍ਰੇਮ ਦੀ ਖੇੜ ਪਰੇ ਤੋਂ ਪਰੇ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਆ ਭਾਓ ਕਲਮ ਪ੍ਰੇਮ ਦੀ ਕਲਮ ਲੈਣੀ ਹੈ ਪਾਉ ਕਲਮ ਤੇ ਕਲਮ ਫੜਨ ਲਈ ਹੱਥ ਚਾਹੀਦਾ ਇਹ ਪ੍ਰੇਮ ਦੀ ਕਲਮ ਕਿਹੜੇ ਹੱਥ ਚ ਫੜਨਾ ਚਿੱਤ ਲਿਖਾਰੀ ਆਪਣਾ ਜਿਹੜਾ ਚੇਤ ਹੈ ਉਹਨੂੰ ਲਿਖਾਰੀ ਬਣਾਉਣਾ ਕਿਉਂਕਿ ਪਾਉ ਤਾਂ ਚਿੱਤ ਚ ਵਸਣਾ ਨਾ ਇਹਨਾਂ ਹੱਥਾਂ 'ਚ ਥੋੜੀ ਪ੍ਰੇਮ ਆਉਣਾ ਪ੍ਰੇਮ ਤਾਂ ਚਿੱਤ 'ਚ ਹੋਣਾ ਚਾਹੀਦਾ ਚਿੱਤ ਨੂੰ ਲਿਖਾਰੀ ਬਣਾਉਣਾ ਚਿੱਤ ਲਿਖਾਰੀ ਬਣੇ ਤੇ ਫਿਰ ਪੁੱਛਿਆ ਮਹਾਰਾਜ ਲਿਖਣਾ ਕੀ ਹੈ ਕਹਿੰਦੇ ਗੁਰੂ ਨੂੰ ਪੁੱਛ ਕੇ ਲਿਖਣਾ ਆਪਣੀ ਮਰਜ਼ੀ ਨਾਲ ਨਹੀਂ ਲਿਖਣਾ ਜੋ ਮਰਜ਼ੀ ਗੁਰ ਪੁੱਛ ਲਿਖ ਵਿਚਾਰ ਗੁਰੂ ਨੂੰ ਪੁੱਛ ਕੇ ਲਿਖਣਾ ਸਤਿਗੁਰੂ ਜੀ ਜੋ ਕਹਿਣ ਲਿਖਣ ਨੂੰ ਉਹ ਲਿਖਣਾ ਗੁਰ ਪੁੱਛ ਲਿਖ ਵਿਚਾਰ ਵਿਚਾਰ ਗੁਰੂ ਨੂੰ ਪੁੱਛ ਕੇ ਲਿਖਣੀ ਹੈ ਵਿਚਾਰ ਸਾਡੇ ਅੰਦਰ ਉਹ ਹੋ ਵੀ ਜਿਹੜੀ ਗੁਰੂ ਨੇ ਕਹੀ ਹੈ ਅਸੀਂ ਆਪਣੀਆਂ ਵਿਚਾਰਾਂ ਦੇ ਨਾਲ ਗੁਰੂ ਸਾਹਿਬ ਦੀ ਵਿਚਾਰ ਨੂੰ ਮਿਲਗੋਭਾ ਕਰ ਦਿੰਨੇ ਆ। ਆਪਣੀ ਵਿਚਾਰ ਨੂੰ ਹਾਵੀ ਕਰਕੇ ਗੁਰੂ ਸਾਹਿਬ ਦੀ ਵਿਚਾਰ ਨੂੰ ਨੀਵਾ ਕਰ ਦਿੰਨੇ ਆ ਕਿਉਂ ਬਈ? ਅਸੀਂ ਆਪਣੀ ਮਰਜ਼ੀ ਮੁਤਾਬਕ ਨਹੀਂ ਕਰਨ ਲੱਗ ਪਏ ਸਭ ਕੁਝ ਵਿਚਾਰ ਵੀ ਜਿਹੜੀ ਕਰਦੇ ਆ ਜਿਹੜੀ ਮੈਨੂੰ ਅਨੁਕੂਲ ਲੱਗੇ ਉਹ ਕਰ ਲੈਨੇ ਆ। ਇਦਾਂ ਹੀ ਕਰਦੇ ਆ ਨਾ ਜੀ ਜੋ ਮੇਰੇ ਮਨ ਨੂੰ ਚੰਗੀ ਲੱਗੇ ਉਹ ਜਿਵੇਂ ਭਾਈ ਸੁਥਰੇ ਸ਼ਾਹ ਨੇ ਕਿਹਾ ਸੀ ਨਾ। ਕੇਤੇ ਲੈ ਲੈ ਮੁਖਰ ਪਾਹੇ ਉਹ ਰੋਜ਼ ਮਠਿਆਈ ਖਾਇਆ ਕਰੇ ਮਹੀਨੇ ਬਾਅਦ ਹਲਵਾਈ ਪੈਸੇ ਲੈਣ ਆਇਆ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਹਾਂ ਸੁਥਰਿਆ ਮਠਿਆਈ ਖਾਦਦੀ ਮਹਾਰਾਜ ਮੈਂ ਤੇ ਜਾਣਦਾ ਹੀ ਨਹੀਂ ਇਹਨੂੰ ਲਵਾਈ ਕੌਣ ਆਏ ਉਹ ਕਹੇ ਮਹਾਰਾਜ ਰੋਜ਼ ਮੇਰੇ ਕੋਲ ਮਠਿਆਈ ਖਾਂਦਾ ਰਿਹਾ ਏ ਆਪ ਵੀ ਆਉਂਦਾ ਸੀ ਨਾਲੇ ਆਪਣੇ ਮਿੱਤਰਾਂ ਨੂੰ ਵੀ ਲੈ ਆਉਂਦਾ ਸੀ ਰੋਜ਼ ਮਹਾਰਾਜ ਜੀ ਭਾਈ ਸੁਥਰਾ ਜੀ ਕਹਿੰਦੇ ਮਹਾਰਾਜ ਮੈਂ ਤਾਂ ਨਹੀਂ ਜਾਣਦਾ ਇਹਨੂੰ ਉਹ ਬੜਾ ਗੁੱਸੇ 'ਚ ਆਇਆ ਲਵਾਈ ਮਹਾਰਾਜ ਇਹ ਤਾਂ ਮੁੱਕਰੀ ਜਾਂਦਾ ਪਾਦਸ਼ਾਹ ਕਹਿੰਦੇ ਸੁਥਰਿਆ ਸਹੀ ਸਹੀ ਦੱਸ ਤੂੰ ਮੁਕਰਦਾ ਕਹਿੰਦੇ ਹਾਂ ਮਹਾਰਾਜ ਮੁਕਰਦਾ ਕਿਉਂ ਮਹਾਰਾਜ ਇੱਥੇ ਰੋਇ ਸਵੇਰੇ ਸਵੇਰੇ ਸਿੱਖ ਪੜ੍ਹਦੇ ਹੁੰਦੇ ਜਪਜੀ ਸਾਹਿਬ ਜੀ ਕੀਤੇ ਲੈ ਲੈ ਮੁਕਰ ਪਾਹੇ ਤੇ ਮੈਂ ਮਹਾਰਾਜ ਜੀ ਤਾਂ ਉਹਨਾਂ ਵਿੱਚ ਆਉਣਾ ਵੀ ਲੈ ਕੇ ਮੁਕਰ ਜੋ ਤੇ ਗਰੀਬਨਬਾਜ ਸਾਹਿਬ ਕਹਿਣ ਲੱਗੇ ਸੁਥਰਿਆ ਅਗਲੀ ਪੰਕਤੀ ਨਹੀਂ ਸੁਣਦਾ ਕਿਤੇ ਮੂਰਖ ਖਾਹੀ ਖਾਹੇ ਇਹ ਮੂਰਖਾਂ ਦਾ ਕੰਮ ਹੁੰਦਾ ਹੈ ਲੈ ਕੇ ਮੁਕਰਨਾ ਖਾਣਾ ਮਹਾਰਾਜ ਭਾਈ ਸੁਥਰਾ ਜੀ ਫੇਰ ਅੱਗੋਂ ਪਾਤਸ਼ਾਹ ਹਣ ਸਾਰੀਆਂ ਪੰਗਤੀਆਂ ਮੈਂ ਹੀ ਥੋੜੀ ਕਮਾਉਣੀਆਂ ਇੱਕ ਪੰਗਤੀ ਕਮਾ ਲਓ ਉਹਦੇ ਨਾਲ ਹੀ ਉਧਾਰ ਹੋ ਜਾਂਦਾ ਬਾਕੀ ਦੀਆਂ ਪੰਗਤੀਆਂ ਤੁਹਾਡੇ ਹੋਰ ਬਥੇਰੇ ਗੁਰਸਿੱਖ ਹੋ ਕਮਾ ਲੈਣ ਭਾਈ ਸੁਥਰਾ ਜੀ ਇਸ ਪੰਗਤੀ ਇਹ ਵਿਅੰਗ ਨਾਲ ਸਾਨੂੰ ਸਮਝਾਣਾ ਚਾਹੁੰਦੇ ਸੀ ਵੀ ਅਸੀਂ ਆਪਣੀ ਮਤਲਬ ਦਾ ਕੋਈ ਨਾ ਕੋਈ ਬਚਨ ਗੁਰਬਾਣੀ ਚੋਂ ਕੱਢ ਕੇ ਆਪਣੀ ਮਰਜ਼ੀ ਦੀ ਵਿਚਾਰ ਕਰ ਲਏ ਵੇਖੋ ਜੀ ਗੁਰਬਾਣੀ ਇਹ ਗੱਲ ਕਹਿੰਦੀ ਹੈ ਗੁਰਬਾਣੀ ਕਹਿ ਰਹੀ ਹੈ ਸੋ ਇਹ ਗੁਰੂ ਨੂੰ ਜਿਹੜੀ ਵਿਚਾਰ ਗੁਰਬਾਣੀ ਕੀ ਕਹਿੰਦੀ ਹੈ ਗੁਰ ਪੁੱਛ ਲਿਖ ਵਿਚਾਰ ਗੁਰੂ ਨੂੰ ਪੁੱਛ ਕੇ ਲਿਖਣਾ ਜੋ ਲਿਖਣਾ ਤੇ ਗੁਰੂ ਸਾਹਿਬ ਕਹਿੰਦੇ ਆ ਕੀ ਲਿਖਣਾ ਲਿਖਣਾ ਕੀ ਹੈ ਉਹ ਕਹਿੰਦੇ ਲੇਖ ਨਾਮ ਸਲਾਹਾ ਲੇਖ ਲਿਖ ਅੰਤ ਨ ਪਰਾਵਾਰ ਲਿਖ ਨਾਮ ਸਲਾਹ ਲਿਖ ਕਹਿੰਦੇ ਬਈ ਲਿਖੋ ਪਰਮੇਸ਼ਰ ਦਾ ਨਾਮ ਲਿਖੋ ਆਪਣੀ ਕਾਗਜ਼ ਮਤ ਬੁੱਧੀ ਰੂਪੀ ਜਿਹੜੀ ਕਾਗਜ਼ ਹੈ ਉਹਦੇ ਤੇ ਮਤ ਰੂਪੀ ਕਾਗਜ਼ ਤੇ ਨਾਮ ਲਿਖੋ ਹਰੀ ਦਾ ਨਾਮ ਲਿਖੋ ਪਰਮੇਸ਼ਰ ਦਾ ਨਾਮ ਲਿਖੋ ਲਿਖ ਨਾਮ ਕਿਉਂਕਿ ਲਿਖਿਆ ਹੋਇਆ ਭੁੱਲਦਾ ਨਹੀਂ ਹੈ ਜੇ ਲਿਖ ਲਓਗੇ ਫਿਰ ਭੁੱਲੇਗਾ ਨਹੀਂ ਤੇ ਲਿਖੀਏ ਨਾ ਤੇ ਫਿਰ ਭੁੱਲ ਜਾਂਦਾ ਆਪਾਂ ਜ਼ੁਬਾਨੀ ਕਲਾਮੀ ਗੱਲਾਂ ਕਰੀਏ ਤੇ ਭੁੱਲ ਜਾਂਦੀਆਂ ਬੰਦੇ ਸਟਾਮ ਲਿਖ ਲੈੰਦੇ ਵੀ ਇਹਦੇ ਤੇ ਲਿਖ ਲਓ ਸਾਰਾ ਕੋਈ ਯਾਦ ਰਹੇਗਾ ਉਦਾਂ ਬੰਦਾ ਅੱਜ ਕੱਲ ਤਾਂ ਲਿਖਿਆ ਵੀ ਭੁੱਲ ਜਾਂਦੇ ਆ ਲਿਖਿਆ ਵੀ ਮੁਕਰ ਜਾਂਦੇ ਆ ਕਹਿੰਦੇ ਨਹੀਂ ਜੀ ਅਸੀਂ ਨਹੀਂ ਬਿਆਨਨਾ ਕੀਤਾ ਸਮਾਂ ਇਹੋ ਜਿਹਾ ਆ ਗਿਆ ਉਹ ਲਿਖਣ ਦਾ ਮਤਲਬ ਇਹ ਹੀ ਹੁੰਦਾ ਵੀ ਆਹ ਵੇਖੋ ਭਈ ਲਿਖਿਆ ਹੋਇਆ ਇਹ ਸਾਰਾ ਕੋਈ ਸੈਨ ਨਹੀਂ ਤੇਰੇ ਨਾਮ ਲਿਖ ਲੋਗੇ ਅੰਦਰ ਤੇ ਫਿਰ ਭੁੱਲੇਗਾ ਨਹੀਂ ਲਿਖਣਾ ਕਿਵੇਂ ਆ ਸੁਰਤ ਦੇ ਵਿੱਚ ਬਸਾਉਣਾ ਨਾਮ ਸੁਰਤ ਵਿੱਚ ਜਦੋਂ ਨਾਮ ਹੋਵੇਗਾ ਤੇ ਫਿਰ ਉਹ ਭੁੱਲੇਗਾ ਨਹੀਂ ਆਖੋ ਸਤਨਾਮ ਸ੍ਰੀ ਸਾਡੀ ਸੁਰਤ 'ਚ ਕੁਝ ਹੋਰ ਚੱਲਦਾ ਰਸਨਾ ਤੇ ਨਾਮ ਹੁੰਦਾ ਸੀ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਲੈਨੇ ਆ ਪਰ ਸੁਰਤ 'ਚ ਨਹੀਂ ਹੁੰਦਾ ਉਹ ਸੁਰਤ 'ਚ ਕੁਝ ਹੋਰ ਚੱਲ ਰਿਹਾ ਹੁੰਦਾ ਸੁਰਤੀ ਵਿੱਚ ਕੋਈ ਵਿਕਾਰ ਚੱਲ ਰਿਹਾ ਸੁਰਤੀ 'ਚ ਕੋਈ ਫੁਰਨਾ ਚੱਲ ਰਿਹਾ ਸੁਰਤੀ ਵਿੱਚ ਕੋਈ ਘਰ ਘਾਟ ਦੇ ਕੰਮਕਾਰ ਚੇਤੇ ਉਹ ਚੱਲਦੇ ਨੇ ਸੁਰਤ ਵਿੱਚ ਉਹ ਚੱਲ ਰਿਹਾ ਪਾਤਸ਼ਾਹ ਸੁਰਤ ਵਿੱਚ ਲਿਖਣ ਦੀ ਗੱਲ ਕਰ ਰਿਹਾ ਸੁਰਤ 'ਚ ਲਿਖੋ ਲਿਖ ਲਓ ਵੀ ਭੁੱਲੇ ਨਾ ਤੇ ਆਖਿਆ ਮਹਾਰਾਜ ਲਿਖਣ ਦਾ ਤਰੀਕਾ ਕੀ ਹੈ ਲਿਖਣ ਵਾਸਤੇ ਪਹਿਲਾਂ ਜਪਣਾ ਰਸਨਾ ਤੋਂ ਹੀ ਪੈਣਾ ਆਖੋ ਸਾਥ ਨਾਮ ਸ੍ਰੀ ਇਹ ਨਹੀਂ ਵੀ ਸਿੱਧਾ ਲਿਖ ਲੋਗੇ ਸ਼ੁਰੂਆਤ ਇੱਥੋਂ ਹੀ ਐ ਰਸਨਾ ਤੋਂ ਹੀ ਤਦੇ ਪਾਤਸ਼ਾਹ ਨੇ ਬਾਰੰਬਾਰ ਗੁਰਬਾਣੀ 'ਚ ਹੁਕਮ ਕੀਤਾ ਰਸਨਾ ਨਾਲ ਪਹਿਲਾਂ ਸ਼ੁਰੂਆਤ ਕਰੋ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਐ ਰਸਨਾ ਜਪਤੀ ਤੂੰ ਹੀ ਤੂੰ ਹੀ ਰਸਨਾ ਗੁਣ ਗੋਪਾਲ ਨਿਦ ਗਾਇਣ ਸਾਤ ਸਹਜ ਰਹਸ ਮਨ ਉਪਜਿਓ ਸਗਲੇ ਦੂਖ ਭਲਾ ਇਨਸਾਰ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਰਸਨਾ ਤੋਂ ਪਹਿਲਾਂ ਸ਼ੁਰੂਆਤ ਤੇ ਰਸਨਾ ਤੋਂ ਹੋਣੀ ਐ ਨਾ ਰਸਨਾ ਨਾਲ ਪਹਿਲਾਂ ਜਪਣਾ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਹੇ ਗੁਰੂ ਸਤ ਨਾਮ ਵਾਹਿਗੁਰੂ ਲੇਖ ਨਾਮ ਸਲਾਹ ਲੇਖ ਸਲਾਗਾ ਵਡਿਆਈਆਂ ਪਰਮੇਸ਼ਰ ਦੀਆਂ ਵਡਿਆਈਆਂ ਲਿਖੋ ਆਪਣੇ ਅੰਦਰ ਉਹਦੀ ਸਿਫਤ ਲਿਖੋ ਕਿ ਸੁਰਤ ਵਿਚਾਰ ਵੇਲੇ ਉਹਦੀ ਵਡਿਆਈ ਹੋਵੇ ਲਿਖ ਅੰਤ ਨਾ ਪਾਰਾ ਵਾਰ ਲਿਖ ਕਿ ਉਹਦਾ ਅੰਤ ਨਹੀਂ ਪੈਂਦਾ ਪਰਮੇਸ਼ਰ ਦਾ ਅੰਤ ਨਹੀਂ ਪੈਂਦਾ ਉਹ ਬੇਅੰਤ ਹੈ ਉਹ ਪਰੇ ਤੋਂ ਪਰੇ ਹੈ ਉਹ ਪਾਰੋ ਰਾਰ ਤੋਂ ਪਰੇ ਤੋਂ ਪਰੇ ਹੈ ਨਾ ਉਹਦਾ ਉਹ ਰਾਰ ਰਾਰ ਪਾਰ ਹੈ ਕਹਿੰਦੇ ਲਿਖੋ ਕਹਿੰਦੇ ਬਾਬਾ ਜੇ ਇਹ लेखा ਲਿਖਣਾ ਜਾਣ ਲੋਗੇ ਨਾ ਤੇ ਫਿਰ ਜਿੱਥੇ लेखा ਹੁੰਦਾ ਨਾ ਉਥੇ ਆਹ लेखा ਲਿਖਿਆ ਹੋਵੇਗਾ ਤੇ ਉਹ लेखा ਨਹੀਂ ਫਿਰ ਮੰਗਿਆ ਜਾਏਗਾ ਧਰਮ ਰਾਜੇ ਦਾ लेखा ਨਹੀਂ ਮੰਗਿਆ ਜਾਏਗਾ ਉਹ ਲੇਖੇ ਤੋਂ ਫਿਰ ਰਹਿਤ ਹੋ ਜਾਓਗੇ ਮੁਕਤ ਹੋ ਜਾਓਗੇ ਪੰਧਾ ਸੁਣੀ ਜਾਵੇ ਤੇ ਸੁਰਤ ਬਿਰਤੋ ਦੀ ਸੁਨਮਨ ਹੋ ਗਈ ਮੱਥਾ ਟੇਕ ਕੇ ਸਹਬ ਨੂੰ ਕਹਿੰਦਾ ਨਮਸਕਾਰ ਪਿਤਾ ਜੀ ਆਏ ਸ਼ਾਮ ਨੂੰ ਨਾਲ ਲੈ ਗਏ ਵਾਪਸ ਅਗਲੇ ਦਿਨ ਫਿਰ ਛੱਡਣ ਆਏ ਤੇ ਪੰਨਹ ਹੱਥ ਜੋੜ ਕੇ ਕਹਿੰਦਾ ਪਟਵਾਰੀ ਸਾਹਿਬ ਇਹ ਪੜਨ ਨਹੀਂ ਸਾਡੇ ਵਰਗੇ ਅਨਪੜਾ ਨੂੰ ਪੜਾਉਣ ਆਏ ਹੈ ਕੋਈ ਇਹਨਾਂ ਨੂੰ ਪੜਾ ਸਕਦਾ ਜਿਹੜਾ ਇਹਨਾਂ ਤੋਂ ਵੱਧ ਪੜਿਆ ਹੋਵੇ ਪਰ ਇਹਨਾਂ ਤੋਂ ਵੱਧ ਕੋਈ ਨਹੀਂ ਪੜਿਆ ਇਹ ਆਪ ਮਾਲਕ ਨੇ ਪਿਤਾ ਜੀ ਹੈਰਾਨ ਵੀ ਗੱਲ ਕੀ ਹੈ ਸਮਝ ਨਾ ਆਵੇ ਸਹਿ ਵਾਪਸ ਆ ਗਏ ਮੁੜ ਕੇ ਪਾਂਦੇ ਕੋਲ ਨਹੀਂ ਗਏ ਫਿਰ ਇੱਕ ਦਿਨ ਸੋਚਿਆ ਵੀ ਮੁਸਲਮਾਨਾਂ ਦਾ ਰਾਜ ਹੈ ਉਹਨਾਂ ਦੀ ਪਾ ਪਾਸ਼ਾ ਫਾਰਸੀ ਉਹ ਪੜਨ ਪਾ ਲਈਏ ਫਾਰਸੀ ਦੇ ਇੱਕ ਮੁੱਲਾਂ ਦੇ ਕੋਲ ਮੌਲਵੀ ਕੋਲ ਪੜਨ ਪਾਇਆ ਤੇ ਮੌਲਵੀ ਨੂੰ ਜਾ ਕੇ ਉਪਦੇਸ਼ ਦਿੰਦੇ ਫਾਰਸੀ ਤੇ ਯਕ ਅਰਜ਼ ਗੁਫਤੰਪੇਸ ਤੋ ਦਰਗੋਸ਼ ਕੁੰਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਇਬ ਪਰਵਰਦਕਾਰ ਉਹ ਹੈਰਾਨ ਹੋ ਗਿਆ ਇਹ ਤਾਂ ਐਉਂ ਫਾਰਸੀ ਉਚਾਰਦੇ ਆ ਜਿਵੇਂ ਪੜ੍ਹ ਕੇ ਆਏ ਇਹ ਤਾਂ ਲੀਲਾ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਵਿਦਿਆ ਦੇ ਸਿਰਜਣਹਾਰ ਨੂੰ ਵਿਦਿਆ ਦੀ ਕੀ ਲੋੜ ਸੀ ਉਹਨਾਂ ਤੇ ਆਪ ਸਾਰੀ ਵਿਦਿਆ ਸਿਰਜੀ ਹੈ ਜਿਹਦੇ ਵੱਲ ਵੇਖ ਲੈਣ ਉਹਨੂੰ ਸਾਰੀ ਵਿਦਿਆ ਆ ਜਾਂਦੀ ਬਾਬੇ ਬੁੱਢੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਸਾਰੀ ਬ੍ਰਹਮ ਵਿਦਿਆ ਬਾਬਾ ਬੁੱਢਾ ਸਾਹਿਬ ਨੂੰ ਆ ਗਈ ਜਦੋਂ 6ਵੇਂ ਪਾਤਸ਼ਾਹ ਗੁਰੂ ਅਰਗੁਬਿੰਦ ਸਾਹਿਬ ਨੂੰ ਪੜਾਉਣਾ ਸੀ ਨਾ ਤੇ ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਬਾਬਾ ਜੀ ਤੁਸੀਂ ਪੜ੍ਹਾਓ ਤੇ ਬਾਬਾ ਜੀ ਕਹਿਣ ਮਹਾਰਾਜ ਮੈਂ ਤਾਂ ਪੜ੍ਹਿਆ ਨਹੀਂ ਕਿਤੇ ਮੈਨੂੰ ਤਾਂ ਵਿੱਦਿਆ ਆਉਂਦੀ ਨਹੀਂ ਗੀ ਤੇ ਪੰਚਮ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਜੀ ਜਿਹੜੀ ਵਿੱਦਿਆ ਤੁਹਾਨੂੰ ਨਹੀਂ ਆਉਂਦੀ ਉਹ ਪਰਮੇਸ਼ਰ ਨੇ ਬਣਾਈ ਨਹੀਂ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਜਦੋਂ ਬ੍ਰਹਮ ਵਿੱਦਿਆ ਦੀ ਦਾਤ ਦੇ ਦਿੱਤੀ ਬਸ ਉਦੋਂ ਸਾਰੀ ਵਿੱਦਿਆ ਆ ਗਈ ਤੇ ਫਿਰ ਛੇਵੇਂ ਪਾਤਸ਼ਾਹ ਨੂੰ ਬਾਬਾ ਜੀ ਘੋੜਸਵਾਰੀ ਵੀ ਸਿਖਾਈ ਗੁਰਮੁਖੀ ਵੀ ਸਿਖਾਈ ਸਾਰੀ ਵਿੱਦਿਆ ਸੋ ਕਹਿਣ ਤੋਂ ਭਾਵ ਕਿ ਸਤਿਗੁਰੂ ਤਾਂ ਆਪ ਵਿੱਦਿਆ ਦੇ ਸਿਰਜਣਹਾਰ ਨੇ ਜਿਹਦੇ ਵੱਲ ਵੇਖ ਲੈਣ ਉਹਨੂੰ ਬ੍ਰਹਮ ਵਿੱਦਿਆ ਆ ਜਾਂਦੀ ਜਿੱਥੇ ਬ੍ਰਹਮ ਵਿੱਦਿਆ ਆ ਜਾਏ ਉੱਥੇ ਸਾਰੀ ਵਿੱਦਿਆ ਗੁਰਸਿੱਖ ਗੁਰੂ ਸਾਹਿਬ ਦੀ ਸ਼ਰਨ ਵਿੱਚੋਂ ਵਿਦਿਆਰਥੀਆਂ ਨੂੰ ਮੇਰੇ ਵਿੱਦਿਆਦਾਤਾ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਕਿਹਾ ਕਰਦੇ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਬਾਰ 'ਚ ਅਸੀਂ ਜਾਣਾ ਜੋਖਰਾ ਸਾਹਿਬ ਤੇ ਉਹਨਾਂ ਨੇ ਕਹਿਣਾ ਵੀ ਇਹ ਅਰਦਾਸ ਕਰਿਆ ਕਰੋ ਗੁਰੂ ਹਰਿਕ੍ਰਿਸ਼ਨ ਸਾਹਿਬ ਅਠਵੇਂ ਪਾਤਸ਼ਾਹ ਜਿਵੇਂ ਛੱਜੂ ਦੇ ਸਿਰ ਤੇ ਛੜੀ ਧਰੀ ਹੈ ਸਾਡੇ ਸਿਰ ਤੇ ਛੜੀ ਧਰ ਕੇ ਸਾਨੂੰ ਬੈਲਬੁੱਧੀ ਵਾਲਿਆਂ ਨੂੰ ਬ੍ਰਹਮ ਵਿੱਦਿਆ ਦੀ ਦਾਤ ਬਖਸ਼ੇ ਬੈਲਬੁੱਧੀ ਵਾਲਿਆਂ ਬੈਲਬੁੱਧੀ ਹੁੰਦੀ ਵੀ ਜੇ ਨੂੰ ਕੁਝ ਨਾ ਆਵੇ ਸਮਝੇ ਉਹਨੂੰ ਬੈਲਬੁੱਧੀ ਕਹਿ ਦਿੰਦੇ ਆ ਅਸੀਂ ਬੈਲਬੁੱਧੀ ਵਾਲਿਆਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬ੍ਰਹਮ ਵਿੱਦਿਆ ਦੀ ਦਾਤ ਬਖਸ਼ੋ ਬ੍ਰਹਮ ਵਿੱਦਿਆ 'ਚ ਸਾਰੀਆਂ ਵਿਦਿਆਵਾਂ ਆ ਜਾਂਦੀਆਂ ਨੇ ਤੋ ਬਾਲਪਨੇ ਦੇ ਬਿਆੰਤ ਚੋਜ ਸਤਿਗੁਰਾਂ ਨੇ ਰਾਏ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ ਕੀਤੇ ਇੱਥੇ ਗੁਰਦੇਵ ਨੇ ਜਨੇਊ ਜਿਸ ਵੇਲੇ ਪਵਾਨ ਲੱਗੇ ਦੇ ਪੰਡਤ ਅਰਧਾਲ ਦੀ ਵਾਰੀ ਆਈ ਉਹਦਾ ਪਲਾ ਕੀਤਾ ਰਾਏ ਬੁਲਾਰ ਨੂੰ ਕਿਰਤਾਰਥ ਕੀਤਾ ਬਿਆੰਤ ਚੋਜ ਸਤਿਗੁਰ ਗੁਰਨਾਨਕ ਸਾਹਿਬ ਨੇ ਨਨਕਾਣਾ ਸਾਹਿਬ ਦੀ ਧਰਤੀ ਤੇ ਕੀਤੇ ਮੁੜ ਕੇ ਸੁਲਤਾਨਪੁਰ ਸਾਹਿਬ ਆ ਗਏ ਸੁਲਤਾਨਪੁਰ ਸਾਹਿਬ ਗੁਰਦੇਵ ਨੇ 13-13 ਤੋਲਿਆ ਮੋਦੀ ਖਾਨਾ ਚਲਾਇਆ ਇੱਕ ਵਚਨ ਪਿੱਛੇ ਜੀ ਵੀ ਬੜਾ ਚੱਲਿਆ ਸੀ 20 ਰੁਪਏਾਂ ਦੇ ਲੰਗਰ ਦਾ ਉਹ ਖਬਰੇ ਕਿੱਥੋਂ ਪੜ੍ਹ ਸੁਣ ਕੇ ਆਏ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੇ ਰੁਪਈਏ ਹੁੰਦੇ ਨਹੀਂ ਸੀਗੇ ਉਹਨਾਂ ਨੇ 20 ਰੁਪਏਾਂ ਦਾ ਲੰਗਰ ਕਿਵੇਂ ਲਾਇਆ ਚੂੜ ਕਾਣੇ ਦੀ ਮੰਡੀ ਗੁਰੂ ਘਰ ਹੈ ਖਾਲਸਾ ਜੀ ਰੁਪਈਆ ਕਹਿੰਦੇ ਕਿ ਇਹਨੂੰ ਰੂਪਾ ਨਾਮ ਹੁੰਦਾ ਚਾਂਦੀ ਦਾ ਜਿਵੇਂ ਗੁਰਬਾਣੀ 'ਚ ਪੜਿਆ ਕੂੜ ਸੁਇਨਾ ਕੂੜ ਰੂਪਾ ਸੋਨਾ ਵੀ ਝੂਠਾ ਤੇ ਚਾਂਦੀ ਵੀ ਝੂਠੀ ਰੂਪਾ ਨਾਮ ਚਾਂਦੀ ਦਾ ਹੁੰਦਾ ਚਾਂਦੀ ਤੋਂ ਰੂਪੇ ਤੋਂ ਰੁਪਈਆ ਬਣਿਆ ਹੈ ਅੰਗਰੇਜ਼ਾਂ ਨੇ ਨਹੀਂ ਬਣਾਇਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਵੀ ਸੈਂਕੜੇ ਸਾਲ ਪਹਿਲਾਂ ਰੁਪਈਏ ਬਣ ਚੁੱਕੇ ਸੀ ਚਾਂਦੀ ਦੇ ਰਜਤਪਣ ਕਿਹਾ ਜਾਂਦਾ ਸੀ ਉਹਨਾਂ ਨੇ ਉਹ ਚਾਂਦੀ ਦੇ ਰੁਪਈਏ ਸਨ 20 ਦੇ ਜਿਨ੍ਹਾਂ ਦਾ ਮਹਾਰਾਜ ਜੀ ਨੇ ਲੰਗਰ ਲਾਇਆ। ਸੁਲਤਾਨਪੁਰ ਸਾਹਿਬ ਦੀ ਧਰਤੀ ਦੇ ਬੇੰਤ ਜੀਵਾਂ ਦਾ ਭਲਾ ਕੀਤਾ, ਕਲਿਆਣ ਕੀਤੀ। ਇੱਥੇ ਗੁਰਦੇਵ ਨੇ ਗੁਰਦੁਆਰਾ ਸੰਤ ਘਾਟ ਤੋਂ ਜਦੋਂ ਪ੍ਰਗਟ ਹੋਏ 3 ਦਿਨਾਂ ਬਾਅਦ ਵੇਂਚ ਚੁੱਭਾ ਮਾਰ ਕੇ ਮਨ 'ਚ ਪ੍ਰਾਪਤਾ ਹੋਈ। ਸ਼ਾਦੀ ਵੀ ਇੱਥੇ ਹੀ ਹੋਈ ਸਾਹਿਬ ਦੀ, ਦੋ ਸਹਿਬਜ਼ਾਦੇ ਹੋਏ। ਭਾਈ ਪਗੀਰਥ ਜੀ ਵਰਗੇ ਬਾਹੂਪੁਰਖ ਇੱਥੇ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਣ ਚ ਆ ਕੇ ਗੁਰਸਿੱਖ ਬਣੇ ਤੇ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਹੀ ਪਹਿਲੀ ਉਦਾਸੀ ਧਾਰਨ ਕੀਤੀ ਉਦਾਸੀ ਧਾਰਨ ਕਰਕੇ ਬਯੰਤ ਜੀਵਾਂ ਦਾ ਭਲਾ ਕੀਤਾ ਦੱਖਣ ਦੇ ਉੱਤਰ ਦੇ ਪੂਰਬ ਦੇ ਪੱਛਮ ਦੀਆਂ ਚਾਰ ਉਦਾਸੀਆਂ ਕੀਤੀਆਂ ਹਜ਼ਾਰਾਂ ਨਹੀਂ ਲੱਖਾਂ ਮੀਲਾਂ ਦਾ ਪੰਧ ਤੈਅ ਕਰਕੇ ਕਦੇ ਟਾਕੇ ਜਾ ਕੇ ਜੀਵਾਂ ਦਾ ਭਲਾ ਕਰ ਦੇ ਕਦੇ ਅਸਾਮ ਜਾ ਕੇ ਕਦੇ ਦੱਖਣ ਚ ਜਗਨਨਾਥ ਪੁਰੀ ਜਾ ਕੇ ਕਦੇ ਮੱਕੇ ਜਾ ਕੇ ਮਦੀਨੇ ਜਾ ਕੇ ਇੱਕ ਨਹੀਂ ਕਰੋੜਾਂ ਜੀਵਾਂ ਦਾ ਪਾਰ ਉਤਾਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਰੈ ਸੂਤਰੀ ਪ੍ਰੋਗਰਾਮ ਹਰ ਜਗ੍ਹਾ ਤੇ ਜਾ ਕੇ ਦਿੱਤਾ ਨਾਮ ਜਪੋ ਧਰਮ ਦੀ ਕੀਰਤ ਕਰੋ ਤੇ ਵੰਡ ਕੇ ਛਕੋ ਨਾਮ ਜਪਣ ਤੇ ਵੀ ਸਾਰੇ ਰਾਜੀ ਹੋ ਜਾਂਦੇ ਆ ਨਾ ਤੇ ਧਰਮ ਦੇ ਕਿਰਤ ਕਰਨਗੇ ਪਾਪ ਖਤਮ ਹੋ ਜਾਏਗਾ ਗੁਨਾਹ ਖਤਮ ਹੋ ਜਾਣਗੇ ਵੰਡ ਕੇ ਛਕਣਗੇ ਕੋਈ ਗਰੀਬ ਗੁਰਬਾ ਨਹੀਂ ਰਹੇਗਾ ਇਹ ਤਰੇ ਉਪਦੇਸ਼ ਸਤਗੁਰੂ ਗੁਰੂ ਨਾਨਕ ਸਾਹਿਬ ਨੇ ਹਰ ਜਗ੍ਹਾ ਤੇ ਜਾਗਦੇ ਨਾਮ ਜਪਣਗੇ ਭਲਾ ਹੋਵੇਗਾ ਸੁਰਤ ਸ਼ਾਂਤ ਹੋਵੇਗੀ ਮਾਨਕਾਗਰ ਹੋਵੇਗਾ ਜਿੰਨਾ ਮਾਨਕਾਗਰ ਹੋਵੇਗਾ ਉਨਾ ਹੀ ਪਰਮੇਸ਼ਰ ਦੀ ਸਮੀਪਤਾ ਮਹਿਸੂਸ ਹੋਵੇਗੀ ਤੋ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਤ੍ਰੈ ਉਪਦੇਸ਼ ਦੇ ਕੇ ਹਰ ਸੰਸਾਰ ਦੇ ਪ੍ਰਾਣੀ ਮਾਤਰ ਦਾ ਭਲਾ ਕੀਤਾ ਐਸੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਇਆਨਿਦ ਸੁਆਮੀ ਜਿਨ੍ਹਾਂ ਦੀ ਸਿਫਤ ਕਰਦੇ ਆ ਪਾਠ ਸਹਿਬਾਨ ਕਹਿੰਦੇ ਹਨ ਕਿ ਤਨ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਪਰਮੇਸ਼ਵਰ ਰੂਪ ਨੇ ਅਕਾਲ ਪੁਰਖ ਰੂਪ ਨੇ ਜੀਵਾਂ ਦੇ ਭਲੇ ਲਈ ਕਲਿਆਣ ਨਿਮਿਤ ਸੰਸਾਰ ਚ ਅਵਤਾਰ ਧਾਰ ਕੇ ਆਏ ਤੇ ਇਹਨਾਂ ਦੇ ਪਾਵਨ ਪੁਰਬ ਦੇ ਸਬੰਧ ਵਿੱਚ ਇਹ ਜੋੜ ਮੇਲੇ ਨੇ ਸਮਾਗਮ ਨੇ ਆਉਣ ਵਾਲੇ ਸਮੇਂ ਚ ਸਾਹਿਬ ਜੀ ਦਾ ਪੁਰਬ ਆ ਰਿਹਾ ਹੈ ਵੱਧ ਤੋਂ ਵੱਧ ਗੁਰਬਾਣੀ ਪੜ੍ਹੀਏ ਸੁਣੀਏ ਵਿਚਾਰੀਏ ਤਾਂ ਜੋ ਸਾਡੇ ਬਣਾਏ ਹੋਏ ਪੁਰਬ ਸਫਲੇ ਹੋ ਜਾਣ ਵੱਧ ਤੋਂ ਵੱਧ ਸ੍ਰੀ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਜਾਪ ਕਰੀਏ ਬਾਣੀ ਦਾ ਅਧਿਐਨ ਕਰੀਏ ਵਿਚਾਰੀਏ ਗੁਰਬਾਣੀ ਕੀ ਕਹਿ ਰਹੀ ਹੈ ਇਸੇ ਕਰਕੇ ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਵਿਚਾਰ ਦੀ ਆਪ ਜੀ ਨਾਲ ਜਾਦਾ ਸਾਝ ਪਾਈ ਹੈ ਗੁਰਮਤ ਵਿਚਾਰਾਂ ਦੀ ਸਾਝ ਪਾਉਂਦਿਆਂ ਹੋਈ ਹਰੇਕ ਪ੍ਰਕਾਰ ਦੀਆਂ ਪੁੱਲਾਂ ਛੁੱਕਾਂ ਦੇ ਖੇਮਾ ਕਰਨੀ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਨੇ ਗੁਰੂ ਘਰ ਦੇ ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ ਇਸ ਸਥਾਨ ਤੇ ਕਥਾ ਦੀ ਸੇਵਾ ਨਿਭਾਉਣ ਵਾਲੇ ਗੁਰਮukh ਪਿਆਰੇ ਗਿਆਨੀ ਸੰਦੀਪ ਸਿੰਘ ਜੀ ਉਨ੍ਹਾਂ ਦਾ ਵੀ ਧੰਨਵਾਦ ਹੈ ਤੁਹ ਦਾਸ ਨੂੰ ਖੁਸ਼ੀਆਂ ਬਖਸ਼ੋ ਕਿਉਂਕਿ ਸਵੇਰੇ ਮੰਜੀ ਸਾਹਿਬ ਸ੍ਰੀ ਅਮਰitsar ਸਾਹਿਬ ਕਥਾ ਦੀ ਹਾਜ਼ਰੀ ਹੁਣ ਰਾਤ ਨੂੰ ਇੱਥੋਂ ਹੀ ਚਾਲਾ ਮਾਰਨਾ ਆਪ ਜੀ ਨੇ ਅਰਦਾਸ ਕਰਨੀ ਕਿ ਇਸੇ ਤਰ੍ਹਾਂ ਗੁਰੂ ਖਾਲਸਾ ਪੰਥ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਕਰਦੇ ਰਹੀਏ ਲਾਗਤੇ ਦੀਵਾਨ ਰਹੈ ਗਾਉਂਤੇ ਸੁਜਾਨ ਰਹੈ ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ ਗਜ-ਬਜ ਕੇ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਮਹਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪਰਸਾ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜਿ ਆਵਾਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਤੋ ਮਨ ਮੇਰੇ ਦੋਖ ਸਭ ਵਿਸਾਰਨਾ ਅੰਗੀਕਾਰ ਓ ਕਰੇ ਤੇਰਾ ਓਕਾਰ ਜੋ ਸਬ ਸਵਾਰਣ ਸਬਨਾ ਗਲਾਂ ਸਮਰਤ ਸੋ ਆਮੀ ਸੋਕ ਮਨ ਵਿਸਾਰੇ ਕਹ ਨਾਨਕ ਮਨ ਮੇਰੀ ਸਦਾ ਰੋਹ ਵਰਨਾਲੀ ਸਾਚੀ ਸਾਹਿਵਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕਿਛੋ ਹੈ ਜਿਸ ਦੇ ਸੋ ਪਾਵੈ ਸਦਾ ਸਹਿਤ ਸਲਾ ਤੇਰੀ ਨਾਮ ਮਨ ਵਸਾ ਵਈ ਨਾਮ ਜਿਨ ਕੈ ਮਨ ਵਸਿਆ ਬਾਜੀ ਸਬਦ ਕਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੀਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਾਪੋ ਜਾਈਆ ਸਦਾ ਕੁਰਵਾਨ ਕੀਤਾ ਗੁਰੂ ਵਿਟਾਹ ਜਿਸ ਦੀ ਆਏ ਵੜਿਆਈਆ ਕਹ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚੋ ਸਬਦ ਤਿਤ ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੀ ਕਲਾ ਜਿਤ ਕਰ ਧਾਰੀਆ ਪਾਂਚ ਦੋਤਾ ਤੁਦ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮੋਂ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੀ ਕਹ ਨਾਨਕ ਤੈ ਸੁ ਗੋਆ ਤਿਤ ਕਰ ਅਨਾਦ ਬਾਜੀ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਤ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਿਸੂਰੇ ਦੋਖ ਰੋਗ ਸੰਤਾਮ ਪੇ ਉਤਰੇ ਸੁਣੀ ਸੱਚੀ ਬਾਣੀ ਸੰਤ ਜਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਉਨੀ ਤਕੈ ਤੇ ਪਵੇ ਤੋ ਸਤ ਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੋਰੇ ਸੁਣਤੇ ਪਉਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਸ਼ਲੋਕ ਪਵਣ ਗੁਰ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਤ ਦੋਏदाई ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਬਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੋਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੋਟੀ ਨਾਲੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤੋ ਦਿਆ ਗੈ ਅਰਦਾਸ ਸਾਭ ਤੇਰੀ ਵਡੈ ਕੋਈ ਨਾਉ ਨ ਜਾਣੈ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਬਕੌਤੀ ਸੰਮਰਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਐ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡੇਠੇ ਸਬਦੁ ਕੁ ਜਾਇ ਤੇਗ ਬਹਾਦਰ ਸਿਮਰਿਐ ਕਰਨੋਂ ਨਦਿ ਆਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਤਸ਼ਾਹੀਆਂ ਕੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਕਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ 40 ਮੁਗਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੀ ਛਕਿਆ ਦੀਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿਟ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਤਿ ਬੰਦ ਬੰਦ ਕਟਾਈ ਖੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਾ ਸੰਗ ਨਵਾਹੀ ਤਿਨਾਂ ਦੇ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਕਿਤੇ ਆਵਨ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰੈ ਤੋ ਦੇਗ ਤੇਗ ਫਤੀ ਵਿਰਧ ਕੀ ਪੈ ਜਪੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੀ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਬਸਾਹ ਦਾਨ ਪ੍ਰੋਸਾਦਾਨੁ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਦੇ ਦਰਸ਼ਨਿ ਸ਼ਾਨ ਚੌਕੀਆਂ ਝੰਡੇ ਬੁੰਗੇ ਜੁਗਉ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਆਪ ਦੇ ਸਖਾਂ ਦਾ ਮਨ ਨੀਮਾ ਮਤ ਉਚੀ ਮਤ ਪਤ ਦਾ ਰਾਖਾ ਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਨਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੀ ਤਾਣ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀ ਦੇ ਚਰਨ ਕਮਲਾਂ ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਆਪ ਜੀ ਦੇਦਰੋਂ ਕਰੋ ਵਰਸਾਈ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਅਨੇਕ ਸ਼ਹੀਦ ਸਿੰਘਾਂ ਦੀ ਪਾਵਨ ਤੇ ਪਵਿੱਤਰ ਸਥਾਨ ਗੁਰਦੁਆਰਾ ਸਿੰਘ ਸੇਦਾਂ ਵਿਖੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਹੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਦੇ ਮਹਾਵਾਕ ਅਨੁਸਾਰ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਪ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਏ ਆ ਗੁਰਮਤ ਸਮਾਗਮ ਚੱਲ ਰਹੇ ਹਨ ਸਤਿਗੁਰੂ ਜੀ ਰਾਤਰੀ ਦੇ ਦੀਵਾਨ ਸਜਾਏ ਗਏ ਸਨ ਸਜੇ ਹੋਏ ਦੀਵਾਨਾਂ ਦੇ ਅੰਦਰ ਹਰ ਜਸ ਕੀਰਤਨ ਗੁਰਮਤ ਵਿਚਾਰਾਂ ਹੋਈਆਂ ਹਨ ਇੰਨੇ ਸਮੇਂ ਅੰਦਰ ਆਪ ਜੀ ਦੇ ਬੱਚਿਆਂ ਕੋਲੋਂ ਹਰ ਜਸ ਕੀਰਤਨ ਕਰਦੇ ਆ ਗੁਰਮਤਿ ਵਿਚਾਰਾਂ ਕਰਦੇ ਆ ਅਤੇ ਆਪ ਜੀ ਦੇ ਦਰ ਦੀ ਸੇਵਾ ਕਰਦੇ ਆ ਹੋਇਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਤਰੋਟੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਵਿੱਚੇ ਸਮਝ ਕੇ ਮਾਫ਼ ਕਰਨਾ ਅੱਗੋਂ ਵਾਸਤੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਪੜ੍ਹਨਾ ਤੇ ਸੇਵਾ ਕਰਨ ਦੀ ਬਲਬੁੱਧੀ ਬਖਸ਼ਿਸ਼ ਕਰਨੀ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਂ ਮੰਦਰ ਤੇ ਪਰਵਾਨ ਕਰਨੀਆਂ ਸਬਨਾ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤੌਣੀ ਸਬਨਾ ਦੀਆਂ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਕੜਾ ਪ੍ਰਸ਼ਾਦੀ ਦੀਗ ਸਦਕੇ ਹਾਜ਼ਰ ਹੈ ਆਪ ਜੀ ਭੋਗ ਲਾਓ ਲਗਿਆ ਹੋਇਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਵਿੱਤਰ ਹੁਕਮ ਨਾਮੇ ਸਿਣਾਕੇ ਸਰਬੱਤ ਸੰਗਤਾਂ ਨੂੰ ਨਦਰੂ ਨਦਰਨੇ ਹਾਲ ਕਰੋ ਜੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੁਖਾ ਸੰਧੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜਿਨਾ ਮਿਲਿਆਂ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੀ ਭਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਅਹਨੇ ਸੋ ਸਹਜ ਸੁਭਾਅ ਦਰਸਨ ਪਰਸੈ ਗੁਰੂ ਜਨਮ ਮਰਨ ਦੁੱਖ ਜਾਇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਕਾਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਬ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੇਂ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ਹਾਂ ਕੁਰਬਾਨੇ ਜਾਓ ਮਿਹਰਵਾਨਾ ਹਾਂ ਕੁਰਬਾਨੇ ਜਾਓ ਹਾਂ ਕੁਰਬਾਨੇ ਜਾਓ ਤਿਨਾ ਕੈ ਲੈਣ ਜੋ ਤੇਰਾ ਨਾਮ ਆਓ ਲੈਨ ਜੋ ਤੇਰਾ ਨਾਉ ਤਿਨਾਂ ਕੈ ਹਾਂ ਸਦ ਕੁਰਬਾਨੈ ਜਾਉ ਰਹਾਉ ਕਾਇਆ ਰੰਗਣ ਜੇਥੀਐ ਪਿਆਰੇ ਪਾਈਐ ਨਾਉ ਮਜੀਠਾ ਰੰਗਣਾ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਪਿਆਰੇ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀ 라ਵੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੋਹਿਲਾ ਰਾਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵ ਰਿਓ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜੇ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀ ਅਨ ਦੇਖੈ ਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤੇਰੇ ਦاتے ਕਮਨ ਸਮਾਰ ਸੰਬਦ ਸਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀ ਸੜੀਆਂ ਜੋ ਹੋਐ ਸਾਹਿਬ ਸਿਓ ਮੇਲ ਘਰ ਕਰੇ ਹੋ ਪਹਚਾ ਸਦੜੇ ਨਿਤ ਪਵਨ ਸਦਨ ਹਰਿ ਸਿਮਰੀਐ ਨਾਨਕ ਸੇ ਦੇਹ ਅਵੰਨ ਰਾਗ ਆਸਾ ਮਹੱਲਾ ਪਹਿਲਾ ਸੇ ਘਰਿ ਸੇ ਗੁਰ ਸੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸੁਏ ਚਸਿਆ ਘੜੀਆ ਪਹਿਰਾ ਦਿੱਤੀ ਵਾਰੀ ਮਹ ਹੂਆ ਸੂਰਜ ਏਕੋ ਰੂਪ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ ਸਕਲ ਬਨਰਾਈ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤ ਸਬਦ ਵਾਜੰਤ ਭੇਰੀ ਰਹਾਉ ਸ ਸਤਵ ਨਨ ਨਨ ਨਨਹ ਤੋਹਿ ਕੋ ਸ ਸਮੂਰਤ ਨਨ ਏਕ ਤੋਹਿ ਸਹਿਸ ਬਾਦ ਬਿਮਲ ਨਾਨ ਏਕ ਬਾਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਵੀ ਮਹੱਲਾ ਚੌਥਾ કામ કરોદ નગરબ પર્યા મિર સાધુ ખંડળ ખંડાહે પૂરબ લખત લખે ગુર પાયા મન હલે મંડળ મંડાહે કર સાધુ અંજલી પુન વડ્ડાહે કર ડંડાવત પુન વડ્ડાહે રહાઉ સાકત હર સાધના જાણે આતન અંતરો મેં કંડાહે ਜੋ ਜੋ ਚੱਲੇ ਚੁਬੈ ਦੁਖ ਪਾਵੇ ਹ ਜਮ ਕਾਲ ਸਹ ਸਿਰ ਡੰਡਾਹੀ ਹ ਹਰ ਜਨ ਹਰ ਹਰ ਨਾਮ ਸਮਾਣੀ ਦੁਖ ਜਨ ਮਨ ਪਵਖੰਡਾਹੀ ਹ ਅਵਨਾਸੀ ਬੁਰਖ ਪਾਇਆ ਪਰਮੇਸ਼ਰ ਬੋ ਸੋਵਖੰਡ ਬਰਹਿ ਮੰਡਾਹੀ ਹ ਹਮ ਗਰੀਬ ਮਸਕੀਆਂ ਪਵ ਤੇਰੇ ਹ ਰਾਖ ਰਾਖ ਵਡ ਵੱਡਾ ਹੇ ਜਨ ਨਾਨਕ ਨਾਮ ਅਧਾਰ ਟੀ ਕਹਿ ਹਰ ਨਾਮੇ ਹੀ ਸੁਖ ਮੰਡਾਏ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਸ ਸੰ세 ਮੈਂ ਤਰਿਓ ਬ੍ਰਹਮ ਗਿਆਨੀ ਜਿਸਹ ਜਗਾਇ ਪੀ ਆਵੇ ਇਹੋ ਰਸ ਕਾਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਵ ਸੁਖ ਸਹਜੇ ਬਹੁਰ ਨ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ